प्रोग्राम भगते मसल मैं राम चहल पहलां दी तरह भगवान जी कुलवान जी जय गुरुदेव जय भीम जय गुरुदेव जी जय भीम जी ते मैनेजमेंट टीम नूं भी साडे वल्लों जय गुरुदेव जय भीम सत श्री अकाल प्यारे दर्शको साडे जी मेरे वल्लों भी सारे मेरे दोस्तों नूं मेरे सुनने वाले वीरां नूं जय गुरुदेव जी जय भीम जय इंसान प्यारे दर्शको अज दा प्रोग्राम भगते मसले जिवें कि तुहानूं सभ नूं पता है मेरे रंग तो थानू पता लग गया होना कि गर्मी यूके च काफ़ी पैन लग पी है सो गर्मी का भी असी आनंद ले रहे हैं सो तुसी भी अपना ख्याल भी रखो और ज़्यादातर अज असी गल करोना लैके करांगे जिहड़ा कि भारत दे विच वैसे वाधा नहीं जदों कोई होर त्यौहार आउंदे आ लेकिन जदों हक्कां दी गल आउंदी आ तो उसे करोना वध रहा मैनू ये खुद मैनू नहीं पता कि इहदे विच सच की आ वाधा जां नहीं वाधा अज साडे कोल जिहड़े माहर है उहनां नाल गल करांगे उस तों पहलां नस्लवाद डिस्क्रिमीनेशन जो अमेरिका दे विच होया सी जॉर्ज दा कतल होया उसनू सज़ा हो गई जिहड़ी पुलिस वाले नू सज़ा हो गई आ बहुत ही छेती टाइम दे विच भगवान जी की तुहाडे कोल शब्द ने इस घटना बारे अपने चाल साहब जिहड़ा जॉर्ज फ्लॉयड दा कतल कहदे आ जिहड़ा उहनू पिछले साल फड़िया गया जिहदे थल्ले मैनस्लॉटर दे विच उहनू अरैसट सज़ा हुई आ पिछले साल मई दे विच एक जिहड़ा जॉर्ज फ्लॉयड नां दा काला सी ਉਹ ਦੁਕਾਨ ਦੇ ਵਿੱਚ ਗਿਆ ਤਾਂ ਉੱਥੇ ਉਹਨੇ ਕੋਈ ਚੀਜ਼ ਖਰੀਦੀ ਅਤੇ ਉਹਦੇ ਕੋਲ ਉਹਨੂੰ ਨਹੀਂ ਸੀ ਪਤਾ ਕਿ ਵੀ ਇਹ ਮੇਰੇ ਕੋਲ ਜਿਹੜਾ ਨੋਟ ਹੈ ਨਕਲੀ ਆ ਉਹਨੇ ਨਕਲੀ ਨੋਟ ਨਾਲ ਚੀਜ਼ ਖਰੀਦਣ ਦੀ ਕੋਸ਼ਿਸ਼ ਅਤੇ ਉਹਨਾਂ ਨੇ ਪੁਲਿਸ ਬੁਲਾ ਲਈ ਸੀਗੀ ਅਤੇ ਪੁਲਿਸ ਆਉਣ 'ਤੇ ਉਹਨੂੰ ਫੜ ਲਿਆ ਗਿਆ ਅਤੇ ਫੜ ਕੇ ਉਹਨੂੰ ਜਦੋਂ ਥੋੜ੍ਹਾ ਅਰੈਸਟ ਕਰਨ ਦੀ ਕੋਸ਼ਿਸ਼ ਕੀਤੀ ਆ ਥੋੜ੍ਹੀ ਬਹੁਤੀ ਉਹਨਾਂ ਦੀ ਆਫਤ ਵਿੱਚ ਹੋਈ ਆ ਧੱਕਾ ਮੁੱਕੀ ਕਹਿ ਲਓ ਜਿਹਨੂੰ ਪੰਜਾਬੀ 'ਚ ਕਹਿੰਦੇ ਆ ਉਹਨੇ ਨਾ ਨੁੱਕਰ ਕੀਤੀ ਆ ਅਤੇ ਉਹਨਾਂ ਨੇ ਸਿੱਟ ਕੇ ਪੁਲਿਸ ਆਫਿਸਰਾਂ ਨੇ ਉਹਦੇ ਗਰਦਨ ਦੇ ਉੱਤੇ ਗੋਡਾ ਰੱਖ ਦਿੱਤਾ ਅਤੇ ਉਹ ਗੋਡਾ ਉਹਨਾਂ ਨੇ ਲਗਭਗ 9 ਮਿੰਟ ਅਤੇ 30 ਸਕਿੰਟ ਕੁਛ ਇਸ ਤਰ੍ਹਾਂ ਰੱਖਿਆ ਉਹਨਾਂ ਨੇ ਅਤੇ ਜਿਹਦੇ ਨਾਲ ਉਹਨੇ ਰੋਲਾ ਪਾਇਆ ਕਿ ਮੈਨੂੰ ਸਾਹ ਨਹੀਂ ਆਉਂਦਾ ਸਾਹ ਨਹੀਂ ਆਉਂਦਾ ਪਹਿਲੇ ਥੋੜ੍ਹੇ ਚਿਰ ਉਹਨੇ ਕਿਹਾ ਉਸ ਤੋਂ ਮਗਰੋਂ ਉਹ ਕਹਿਣੋਂ ਹਟ ਗਿਆ ਸੀਗਾ ਅਤੇ ਉਹ ਇੰਨੇ 9 ਮਿੰਟ ਦੇ ਬਾਅਦ ਜਦ ਤੱਕ ਉਹਨੂੰ ਲੋਕਾਂ ਨੇ ਰੋਲਾ ਹੀ ਪਾਇਆ ਵੀ ਉਹ ਉਹਨੂੰ ਸਾਹ ਨਹੀਂ ਆਉਂਦਾ ਪਿਆ ਲੋਕਾਂ ਨੇ ਹਟਾਇਆ ਪਰ ਉਹ ਨਹੀਂ ਮੰਨੇ ਤਾਂ ਅਖੀਰ ਦੇ ਵਿੱਚ ਕੀ ਹੋਇਆ ਕਿ ਉਹ ਜੋਜ ਲੋਇਡ ਲਗਭਗ ਉੱਥੇ ਹੀ ਖਤਮ ਹੋ ਗਿਆ ਸੀ ਅਤੇ ਉਸ ਕਤਲ ਅਸਲ 'ਚ ਜਿਹੜਾ ਮੈਨ ਸਲੋਟਰ ਦੇ ਵਿੱਚ ਜਿਹੜਾ ਕੀਤਾ ਉਹ ਇੱਕ ਨਸਲਵਾਦੀ ਅਸਲ ਦੇ ਵਿੱਚ ਇਹ ਹੋਇਆ ਆ ਕਿਉਂਕਿ ਆਪਾਂ ਨੂੰ ਇੱਕ ਗੱਲ ਬਹੁਤ ਧਿਆਨ ਨਾਲ ਸੋਚਣੀ ਪੈਣੀ ਆ ਵੀ ਜਿਹੜਾ ਨਾ ਅਸਲ ਵਿੱਚ ਬੇਰੁਜ਼ਗਾਰੀ ਨਸਲਵਾਦ ਅਤੇ ਜਿਹੜਾ ਕ੍ਰਾਈਮ ਹੈ ਕਿਸ ਤਰ੍ਹਾਂ ਇਹ ਅਸਲ ਦੇ ਵਿੱਚ ਮੇਨ ਇਹ ਨੇ ਜਿਹੜੇ ਸਾਡੇ ਲਈ ਸੋਚਣ ਵਾਲੇ ਨੇ ਕਿ ਜਿਹੜੀ ਬੇਰੁਜ਼ਗਾਰੀ ਆ ਉਹ ਵੱਡਾ ਕਾਰਨ ਹੈ ਜਿਹੜੇ ਇਸ ਤਰ੍ਹਾਂ ਦੇ ਕ੍ਰਾਈਮ ਕੋ ਹੁੰਦੇ ਆ ਕ੍ਰਾਈਮ ਤਾਂ ਨਹੀਂ ਸੀ ਜਿਹੜਾ ਕਿ ਨਕਲੀ ਨੋਟ ਕਿਸੇ ਨੂੰ ਪਤਾ ਨਹੀਂ ਹੁੰਦਾ ਮੇਰੇ ਕੋਲ ਹੈਗਾ ਬਈ ਜਿਹੜਾ ਜਿਹੜੀ ਪੁਲਿਸ ਪੁਲਿਸ ਆ ਉਹਦਾ ਵੀ ਕਰੈਕਟਰ ਉੱਭਰ ਕੇ ਸਾਹਮਣੇ ਆ ਗਿਆ ਕਿ ਪੁਲਿਸ ਉਹ ਆਮ ਆਦਮੀ ਦੀ ਸੇਵਾ ਲਈ ਤਾਂ ਘੱਟ ਹੈਗੀ ਆ ਪਰ ਉਹ ਬਹੁਤੀ ਜਿਹੜਾ ਸਿਸਟਮ ਹੈ ਉਸ ਦੀ ਸੁਰੱਖਿਆ ਲਈ ਜ਼ਿਆਦਾ ਬਣਾਈ ਗਈ ਆ ਅਸੀਂ ਮੁਜ਼ਾਹਰਿਆਂ 'ਤੇ ਜਾ ਕੇ ਦੇਖਿਆ ਅਤੇ ਜਦੋਂ ਵੀ ਅਸੀਂ ਨਸਲਵਾਦੀ ਮੁਜ਼ਾਹਰਿਆਂ 'ਤੇ ਗਏ ਹਾਂ ਪੁਲਿਸ ਦੇ ਧੱਕੇ ਝੱਲਣੇ ਪੈਂਦੇ ਆ ਅਤੇ ਉਸੇ ਤਹਿਤ ਇਹ ਜੋ ਕੁਛ ਹੋਇਆ ਕਿਉਂਕਿ ਜਿਹੜਾ ਜੋਜ ਸੀ ਰੰਗ ਦਾ ਕਾਲਾ ਹੋਣ ਕਰਕੇ ਉਸ ਨਾਲ ਇਹ ਜਾਤੀ ਹੋਈ ਆ ਜਦੋਂ ਉਸ ਬੰਦੇ ਨੂੰ ਰੋਲਾ ਪਾਉਣ ਦੇ ਬਾਵਜੂਦ ਵੀ ਅਸਲ ਦੇ ਵਿੱਚ ਪੁਲਿਸ ਨੂੰ ਇੰਨੀ ਅਥੋਰਟੀ ਦਿੱਤੀ ਆ ਕਿ ਉਹਨਾਂ ਦਾ ਜਿਹੜਾ ਇੰਡੀਆ ਉਸ ਦੀ ਟ੍ਰੇਨਿੰਗ ਆ ਪੁਲਿਸ ਦੀ ਉਹ ਟ੍ਰੇਨਿੰਗ ਵੀ ਇਸ ਤਰ੍ਹਾਂ ਦੀ ਆ ਕਿ ਬੰਦੇ ਨੂੰ ਉਹ ਮਾਰਨੇ ਵਾਲੀ ਹੋਈ ਆ ਲਗਭਗ ਜਿਹੜਾ ਕਿ ਉਹਦਾ ਰਿਜ਼ਲਟ ਆਪਣੇ ਸਾਹਮਣੇ ਆਇਆ ਅਤੇ ਇੱਕ ਜਿਹੜਾ ਇਹ ਕੇਸ ਲਗਭਗ 3 ਹਫ਼ਤੇ ਦੀ ਚੱਲਦੀ ਰਹੀ ਕਾਰਵਾਈ ਅਤੇ 12 ਜਿਹੜੇ ਜ਼ਰੂਰ ਸੀ ਉਹਨਾਂ ਨੇ ਹਾਂਜੀ ਤੁਹਾਡੀ ਗੱਲ ਜਾਰੀ ਰਹੂਗੀ ਇਹਨਾਂ ਦੀ ਗੱਲ ਕਰਦੇ ਹਾਂ ਕਿ ਸਾਊਦੀਆ ਦੇ ਵਿੱਚ ਇੱਕ ਬੱਚੇ ਨੇ ਬ੍ਰੈਡ ਚੁਰਾ ਲਿਆ ਸੀ ਹਾਂਜੀ ਤਾਂ ਉਹਨੂੰ ਸਜ਼ਾ ਦਿੱਤੀ ਗਈ ਉਹਦਾ ਹੱਥ ਜਿਹੜਾ ਉੱਤੋਂ ਦੀ ਟਰੈਕਟਰ ਜਾਂ ਕੋਈ ਭਾਰੀ ਚੀਜ਼ ਕੱਢ ਲਗਾ ਕੇ ਉਹਦਾ ਹੱਥ ਸਦਾ ਲਈ ਖਤਮ ਕਰ ਦਿੱਤਾ ਤਾਂ ਪੁੱਛਿਆ ਗਿਆ ਜਦੋਂ ਉਸ ਨੂੰ ਵੀ ਇੱਦਾਂ ਕਿਉਂ ਕਹਿੰਦੇ ਕਿ ਇਹਨੂੰ ਸਾਰੀ ਜ਼ਿੰਦਗੀ ਪਤਾ ਰਹੂਗਾ ਵੀ ਇਹਨੇ ਚੋਰੀ ਕੀਤੀ ਆ ਹਾਂ ਕੁਛ ਕੁ ਦਿਨ ਲੰਘੇ ਅਮਰੀਕਾ ਦੇ ਵਿੱਚ ਇੱਕ ਬੱਚੇ ਨੇ ਬ੍ਰੈਡ ਚੋਰੀ ਕੀਤਾ ਤਾਂ ਜਦੋਂ ਕੋਰਟ ਲੱਗੀ ਆ ਕੋਰਟ ਦੇ ਵਿੱਚ ਉਹਨਾਂ ਦਾ ਇਹ ਦੇਖਿਆ ਉਹਨੂੰ ਪੁੱਛਿਆ ਗਿਆ ਵੀ ਕਿਉਂ ਕਹਿੰਦਾ ਸੀ ਮੇਰੇ ਕੋਲ ਖਾਣ ਨੂੰ ਨਹੀਂ ਬੱਚੇ ਨੇ ਕਿਹਾ ਅਤੇ ਜੱਜ ਨੇ ਕਿਹਾ ਵੀ ਜਿਹੜੀ ਬ੍ਰੈਡ ਚੋਰੀ ਕਰਨੀ ਬੱਚੇ ਦੇ ਕੋਲ ਇਹਦਾ ਮਤਲਬ ਇਹਨੂੰ ਅਸੀਂ ਖਾਣ ਨੂੰ ਨਹੀਂ ਦੇ ਸਕੇ ਆਇਆ ਪੁਆਇੰਟ ਅਸੀਂ ਖਾਣ ਨੂੰ ਨਹੀਂ ਦੇ ਸਕੇ ਇਸ ਕਰਕੇ ਇਹ ਗੁਨਾਹਗਾਰ ਨਹੀਂ ਹੈ ਅਸੀਂ ਗੁਨਾਹਗਾਰ ਹਾਂ ਉਹਨਾਂ ਨੇ ਬ੍ਰੈਡ ਚੋਰੀ ਦੀ ਸਜ਼ਾ ਇਹ ਦਿੱਤੀ ਵੀ ਜਿੰਨੇ ਉੱਥੇ ਲੋਕ ਖੜ੍ਹੇ ਆ
ਉਹ ਸਾਰੇ ਜਿੰਨੇ ਵੀ ਸੁਣ ਰਹੇ ਨੇ ਉਸ ਕੋਡ ਸਾਰੇ 10 ਹਾਂਜੀ ਉਸ ਕੋਡ ਦੇ ਵਿੱਚ ਸਾਰੇ 10-10 ਡਾਲਰ ਜਿਹੜੇ ਆ ਉਹ ਇਸ ਬੱਚੇ ਨੂੰ ਦਿੱਤੇ ਜਾਣ ਪਹਿਲੇ 10 ਡਾਲਰ ਜਿਹੜੇ ਆ ਉਹ ਜੱਜ ਨੇ ਦਿੱਤੇ ਆ ਨਹੀਂ ਚਾਹ ਜੀ ਮੈਂ ਉਹੀ ਗੱਲ ਕਰਦਾ ਉਹਨੇ 3 ਜਿਹੜੇ ਇਹ ਮੈਂ ਇਨਸੀਡੈਂਟਾਂ ਦੀ ਤੁਹਾਡੇ ਸਾਹਮਣੇ ਗੱਲ ਕਰ ਰਿਹਾ ਇੱਕ ਦੇ ਵਿੱਚ ਹੱਥ ਕੱਟਿਆ ਜਾਂਦਾ ਦੂਜੇ 'ਚ ਉਹਨੂੰ ਦਿੱਤੀ ਜਾਂਦੀ ਆ ਬੈੱਡਾਂ ਦੇ ਪੈਸੇ ਦਿੱਤੇ ਜਾਂਦੇ ਤੀਜੇ ਦੇ ਵਿੱਚ ਗੋਡਾ ਰੱਖ ਕੇ ਮਾਰਿਆ ਜਾਂਦਾ ਕਿਵੇਂ ਦੇਖਦੇ ਜੀ ਹਾਂਜੀ ਚਾਹ ਜੀ ਮੈਂ ਤੁਹਾਨੂੰ ਕਲੀਅਰ ਕਰਦਾ ਵੀ ਜਿਹੜੀ ਤੁਸੀਂ ਆਹ ਗੱਲ ਕੀਤੀ ਹੈ ਨਾ ਕੋਰਟ ਦੇ ਵਿੱਚ 10 ਪਾਉਂਡ ਜਾਂ 10 ਡਾਲਰ ਆ ਜਿਹੜੇ ਜੀ ਉਹ ਜੱਜ ਨੇ ਇੱਥੋਂ ਤੱਕ ਕਿਹਾ ਵੀ ਜਿਹੜੇ ਕੋਰਟ ਦੇ ਵਿੱਚ ਸਾਰੇ ਹੀ ਬੈਠੇ ਨੇ ਜੀ ਆਪੋ ਆਪਣੇ ਕੰਮਾਂ ਲਈ ਆਏ ਹੋਏ ਨੇ ਉਹਨਾਂ ਨੂੰ ਪਨਿਸ਼ਮੈਂਟ ਦਿੱਤੀ ਇਹ ਜੀ ਵੀ ਇਹ ਅਸੀਂ ਸੁਸਾਇਟੀ ਦੇ ਵਿੱਚ ਇਹੋ ਜਿਹਾ ਬਰਾਬਰਤਾ ਅਜੇ ਤੱਕ ਕਿਉਂ ਨਹੀਂ ਲਿਆ ਸਕੇ ਵੀ ਜਿਹੜਾ ਇਸ ਬੱਚੇ ਕੋਲ ਫੂਡ ਦੇ ਲਈ ਪੈਸੇ ਹੈ ਨਹੀਂ ਸੀ ਜੀ ਦੇਖੋ ਉਹਨਾਂ ਨੂੰ 10-10 ਡਾਲਰ ਆ ਜਿਹੜੇ ਸਾਰੇ ਹੀ ਜਿੰਨੇ ਉੱਥੇ ਸੀਗੇ ਤਾਂ ਉਹਨਾਂ ਨੂੰ ਉਸੇ ਟਾਈਮ ਉਹਨਾਂ ਨੇ ਜੱਜ ਨੇ ਫਾਈਨ ਕੀਤਾ ਜਾਣੀ ਪੇ ਕੀਤੇ ਹਾਂ ਜਾਣੀ ਕਿ ਉਹਨਾਂ ਨੂੰ ਕੱਢ ਕੇ ਦੇਣੇ ਪਏ ਹੈ ਨਾ ਸੋ ਇਹ ਤਾਂ ਗੱਲ ਸੀਗੀ ਇਹ ਅਤੇ ਦੇਖੋ ਇਹਦੇ ਨਾਲ ਜਿਹੜੀ ਜੋਰਜ ਫਲੋਰੀਡਾ ਦੀ ਜਿਹੜੀ ਆਪਾਂ ਅਮੈਰੀਕਾ ਦੀ ਗੱਲ ਕਰਦੇ ਹਾਂ ਦੇਖੋ ਪਿਛਲੇ ਸਾਲ ਕਰੋਨਾ ਕਾਲ ਦੇ ਵਿੱਚ ਬਹੁਤ ਵੱਡੇ ਪੱਧਰ 'ਤੇ ਜਿਹੜੇ ਪ੍ਰੋਟੈਸਟ ਹੋਏ ਆ ਦੇਖੋ ਇੱਕ ਚੀਜ਼ ਤਾਂ ਅਮਰੀਕੀਆਂ ਨੇ ਇਹ ਸਿੱਧ ਕਰ ਦਿੱਤੀ ਵੀ ਜਿਹੜਾ ਡਿਸਕ੍ਰਿਮੀਨੇਸ਼ਨ ਆ ਉਹ ਕਿਸੇ ਵੀ ਹੱਦ ਤੱਕ ਜਿਹੜਾ ਆ ਅਸੀਂ ਉਹਨੂੰ ਬਰਦਾਸ਼ਤ ਨਹੀਂ ਕਰਾਂਗੇ ਜੀ ਦੇਖੋ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕਾਂ ਨੇ ਪ੍ਰਦਰਸ਼ਨ ਕੀਤੇ ਸੜਕਾਂ ਦੇ ਉੱਤੇ ਕਰੋਨਾ ਦੇ ਵਿੱਚ ਚਾਹੇ ਕਿ ਉੱਥੋਂ ਦੇ ਟਰੰਪ ਉਸ ਟਾਈਮ ਦੇ ਪ੍ਰੈਜ਼ੀਡੈਂਟ ਸੀਗੇ ਤਾਂ ਉਹਨਾਂ ਨੇ ਬਥੇਰਾ ਰੌਲਾ ਪਾਇਆ ਕਿ ਇਹ ਚੀਜ਼ ਜਿਹੜੀ ਆ ਨਹੀਂ ਹੋਣੀ ਚਾਹੀਦੀ ਇਹ ਕਾਨੂੰਨ ਦੇ ਅਗੇਂਸਟ ਆ ਸੋ ਫਿਰ ਵੀ ਦੇਖੋ ਉਹਨਾਂ ਨੂੰ ਹੁਣ 2 ਦਿਨ ਪਹਿਲਾਂ ਉਹ ਜਿਹੜਾ ਕੇਸ ਦੀ ਸੁਣਵਾਈ ਸੀਗੀ ਜਿੱਦਾਂ ਭਵੰਤ ਸਿੰਘ ਉਹਨਾਂ ਨੇ ਵੀ ਦੱਸਿਆ ਵੀ ਸੁਣਵਾਈ ਦੇ ਵਿੱਚ ਉਸ ਪੁਲਿਸਮੈਨ ਨੂੰ ਜਾਣੀ 40 ਸਾਲ ਦੀ ਜਿਹੜੀ ਆ ਸਜ਼ਾ ਹੋ ਗਈ ਆ ਅਤੇ ਜਿੱਦਾਂ ਉਹਨੂੰ ਦੱਸਿਆ ਵੀ 9 ਮਿੰਟ ਕੁਛ ਸਕਿੰਟ ਜਿਹੜਾ ਗੋਡਾ ਉਹਦੀ ਧੋਣ 'ਤੇ ਰੱਖਣ ਦੇ ਨਾਲ ਉਹਦੀ ਮੌਤ ਹੋ ਗਈ ਸੀਗੀ ਉਸ ਆਦਮੀ ਦੀ ਸੋ ਇਹੀ ਜਾਣੀ ਕਿ ਉਹਨਾਂ ਨੇ ਇੱਕ ਐਗਜ਼ਾਮਪਲ ਸੈੱਟ ਕੀਤੀ ਆ ਆਉਣ ਵਾਲੇ ਸਮੇਂ ਲਈ ਵੀ ਇਹ ਜਿਹੜਾ ਰੇਸਿਜ਼ਮ ਆ ਜਾਂ ਇਹ ਜਿਹੜੇ ਡਿਸਕ੍ਰਿਮੀਨੇਸ਼ਨ ਆਪਾਂ ਗੱਲ ਕਰਦੇ ਹਾਂ ਜਾਂ ਗੋਰੇ ਜਾਂ ਕਾਲੇ ਦਾ ਜਾਂ ਹੋਰ ਵੀ ਭੇਦਭਾਵ ਆ ਜਿਹੜੇ ਆਪਣੇ ਵਿੱਚ ਆ ਵੀ ਉਹਨੂੰ ਐਗਜ਼ਾਮਪਲ ਸੈੱਟ ਕਰਕੇ ਤਾਂ ਇਹ ਗਾਹਾਂ ਤੋਂ ਕੋਈ ਹੋਰ ਨਾ ਕਰ ਸਕੇ ਸੋ ਇਹ ਜਿਹੜੀ ਸੀਗੀ ਉਹਨਾਂ ਦੀ ਜੀ ਭਗਵਾਨ ਹਾਂਜੀ ਦੇਖੋ ਉਸ ਬੰਦੇ ਮਤਲਬ ਕਿ ਅਮੈਰੀਕਾ ਦੇ ਸਪੀਕਰ ਨੂੰ ਵੀ ਇਹ ਕਹਿਣਾ ਪਿਆ ਉਹਨੂੰ ਕੀ ਅਠਾਲੀ ਨਾਂ ਆ ਬਈ ਜਿਹੜੀ ਜੋਰਜ ਫਲੋਇਡ ਦੀ ਕੁਰਬਾਨੀ ਆ ਉਸ ਨੇ ਅਮੈਰੀਕਾ ਦੀ ਅੱਖਾਂ ਖੋਲ੍ਹ ਦਿੱਤੀਆਂ ਉਹਨਾਂ ਨੂੰ ਇੱਕ ਕਾਨੂੰਨ ਬਣਾਉਣਾ ਪਿਆ ਜੋਰਜ ਫਲੋਇਡ ਜਸਟਿਸ ਉਸ ਦੇ ਨਾਂ ਦੇ ਉੱਤੇ ਉਹਨਾਂ ਨੇ ਕਾਨੂੰਨ ਬਣਾਇਆ ਪੋਲਿਸੀ ਬਣਾਈ ਆ ਕਿ ਉਸ ਦੇ ਥੱਲੇ ਹੁਣ ਅੱਗੇ ਤੋਂ ਇਹ ਆ ਕਿ ਕੋਈ ਵੀ ਜਿਹੜੇ ਪੁਲਿਸ ਆਫਿਸਰ ਅਰੈਸਟ ਕਰਦਾ ਉਹਦਾ ਬੋਡੀ ਕੈਮ ਉਹਦਾ ਲੱਗਿਆ ਹੋਣਾ ਚਾਹੀਦਾ ਜ਼ਰੂਰ ਅਤੇ ਔਨ ਹੋਣੇ ਚਾਹੀਦੇ ਆ ਅਤੇ ਹੋਰ ਇਸ ਤਰ੍ਹਾਂ ਦੇ ਕਾਨੂੰਨ ਬਣਾਏ ਨੇ ਉਸ ਦੀ ਕੁਰਬਾਨੀ ਨਾਲ ਜਿਹੜਾ ਨਾ ਕਾਫੀ ਕੁਛ ਉਹਦੇ ਚੇਂਜਿਸ ਆਉਣੇ ਆ ਅਤੇ ਜਿਹੜਾ ਅਸਲ ਜਿਹੜੀ ਆਪਾਂ ਪਹਿਲਾਂ ਗੱਲ ਕਰਦੇ ਸੀ ਜਿਹੜੀ ਅਸਲ ਦੇ ਵਿੱਚ ਕੀ ਆ ਰੀਜ਼ਨ ਇਹ ਆ ਕਿ ਜਿੰਨਾ ਆਪਾਂ ਅੱਗੇ ਵੀ ਗੱਲ ਕਰਦਾ ਮੈਂ ਜਿਹੜੇ ਹਮੇਸ਼ਾ ਵੀ ਕਿ ਜਿਹੜਾ ਜਿੰਨਾ ਸਰਕਾਰਾਂ ਪੋਲਿਸੀ ਪੁਲਿਸ ਦੇ ਉੱਤੇ ਡਿਫੈਂਸ ਦੇ ਉੱਤੇ ਖਰਚਾ ਕਰਦੀਆਂ ਜੇ ਇੰਨਾ ਖਰਚਾ ਲੋਕਾਂ ਦੇ ਉੱਤੇ ਕੀਤਾ ਜਾਵੇ ਪਬਲਿਕ ਦੇ ਉੱਤੇ ਕੀਤਾ ਜਾਵੇ ਤਾਂ ਜਿਹੜੇ ਕ੍ਰਾਈਮ ਆ ਪੁਲਿਸ ਦੇ ਲੋੜ ਹੀ ਨਹੀਂ ਪਊਗੀ ਜਿਹੜਾ ਕਿ ਸਾਡੇ ਲਈ ਬਹੁਤ ਇੱਕ ਸੋਚਣ ਵਾਲੀ ਗੱਲ ਹੈ ਕਿਉਂ ਕ੍ਰਾਈਮ ਬੰਦਾ ਕਰਦਾ ਜਿਹੜਾ ਆਪਾਂ ਪਹਿਲਾਂ ਗੱਲ ਕੀਤੀ ਆ ਕਿ ਅਸਲ ਦੇ ਵਿੱਚ ਕੀ ਆ ਕਈ ਵਾਰ ਅਸੀਂ ਵੀ ਉਹਨਾਂ ਵਿੱਚੋਂ ਕਹਾਂਗੇ ਵੀ ਕਹਿੰਦੇ ਜੇ ਬੰਦੇ ਨੇ ਕ੍ਰਾਈਮ ਕੀਤਾ ਤਾਂ ਇਹਨੂੰ ਸਜ਼ਾ ਮਿਲਣੀ ਚਾਹੀਦੀ ਆ ਜਾਂ ਇਹਨੂੰ ਗੋਲੀ ਮਾਰ ਦਿਓ ਇਹਦੇ ਹੱਥ ਤੋੜ ਦਿਓ ਜਦੋਂ ਇਨ ਕੇਸ ਤੁਹਾਡਾ ਤੁਸੀਂ ਥੋੜ੍ਹਾ ਇਹ ਸੋਚੋ ਵੀ ਤੁਹਾਡਾ ਧੀ ਪੁੱਤ ਕਾਨੂੰਨ ਕੋਈ ਗਲਤੀ ਕਰ ਬੈਠਦਾ ਚੋਰੀ ਕਰ ਬੈਠਦਾ ਜਾਂ ਕੋਈ ਹੋਰ ਕਿਸੇ ਤਰ੍ਹਾਂ ਦਾ ਕ੍ਰਾਈਮ ਕਰ ਬੈਠਦਾ ਅਤੇ ਉਸ ਨੂੰ ਸਜ਼ਾਏ ਮੌਤ ਜਾਂ ਸਜ਼ਾਏ ਹੱਥ ਕੱਟਣ ਦੀ ਸਜ਼ਾ ਜਿਹੜੀ ਇੱਧਰਲੇ ਮਿਡਲ ਈਸਟ ਦੇ ਵਿੱਚ ਚੱਲਦੀ ਪਈ ਆ ਕੀ ਆਪਾਂ ਝੱਲਾਂਗੇ ਇਹ ਅਣਮਨੁੱਖੀ ਨਹੀਂ ਇਹ ਸਾਰੇ ਸਾਡੇ ਲਈ ਵਿਚਾਰ ਲੈਣ ਵਾਲੇ ਗੱਲ ਹੈਗੇ ਨੇ ਭਗਵਾਨ ਜੀ ਇਹ ਫਿਰ ਦੇਖੋ ਸਾਨੂੰ ਸਮਾਜ ਨੂੰ ਐਜੂਕੇਟਡ ਕਰਨਾ ਪਊਗਾ ਸਹੀ ਢੰਗ ਦੇ ਨਾਲ ਸਹੀ ਤਰੀਕੇ ਦੇ ਨਾਲ ਹਨਾ ਇਹ ਨਹੀਂ ਵੀ ਸਿਰਫ ਸਮਾਜ ਨੂੰ ਅਸੀਂ ਐਜੂਕੇਟਰ ਤਾਂ ਕਰ ਲਈਏ ਪਰ ਸਿਰਫ ਡਿਗਰੀ ਲਈ ਕਰੀਏ ਜਦੋਂ ਅਸੀਂ ਡਿਗਰੀਆਂ ਲਈ ਸਿਰਫ ਐਜੂਕੇਟਡ ਕਰਦੇ ਹਾਂ ਆਪਣੇ ਬੱਚਿਆਂ ਨੂੰ ਤਾਂ ਉਹ ਫਿਰ ਸਮਾਜ ਇਹੋ ਜਿਹਾ ਨਹੀਂ ਬਣਦਾ ਜਿਹਦੀ ਸਮਾਜ ਦੀ ਜਿਹੋ ਜਿਹੇ ਦੀ ਸਾਨੂੰ ਲੋੜ ਆ ਜ਼ਰੂਰਤ ਆ ਸੋ ਇਹ ਇਹੋ ਜਿਹੀਆਂ ਗੱਲਾਂ ਨੇ ਹਾਂਜੀ ਬਿਲਕੁਲ ਠੀਕ ਪਿਆਰੇ ਦਰਸ਼ਕੋ ਬਹੁਤ ਵਧੀਆ ਖਬਰ ਹੈ ਬਹੁਤ ਅੱਛੀ ਗੱਲ ਹੈ ਕਿ ਛੇਤੀ ਜਿਹੜਾ ਫੈਸਲਾ ਹੋ ਗਿਆ ਲੇਕਿਨ ਸਾਡੇ ਭਾਰਤ ਵਰਗੇ ਦੇਸ਼ ਕੋਲ ਮੈਨੇ ਜੇ ਕਬ ਕਿਹਾ ਕਿ ਮੇਰੇ ਹੱਕ ਮੇਂ ਹੋ ਸਦਾ ਮੈਨੇ ਜੇ ਕਬ ਕਿਹਾ ਕਿ ਮੇਰੇ ਹੱਕ ਮੇਂ ਹੋ ਸਦਾ ਮਗਰ ਵੋ ਕੋਈ ਫੈਸਲਾ ਤੁਸ ਨਾ ਦੇ ਸਾਡੇ ਦੇਸ਼ ਵਿੱਚ ਭਾਰਤ ਦੇਸ਼ ਦੇ ਵਿੱਚ ਇੱਕ ਜੱਜ ਕੋਲ 1 ਲੱਖ ਕੇਸ ਆਉਂਦਾ ਮਤਲਬ ਉਹਦੇ ਕੋਲ ਜੇ ਰੋਜ਼ 20 ਬੈਠੇ ਤਾਂ ਉਹ ਇੰਨੇ ਕੇਸ ਜਿਹੜੇ 1 ਲੱਖ ਦੀ ਵਾਰੀ ਕਦੋਂ ਆਏਗੀ ਜਿਹੜੇ ਲੋਕ ਅਪੀਲਾਂ ਕਰ ਚੁੱਕੇ ਹੁੰਦੇ ਉਹ ਮਰ ਵੀ ਜਾਂਦੇ ਉਹਨਾਂ ਦੀ ਵਾਰੀ ਨਹੀਂ ਆ ਰਹੀ ਹੁੰਦੀ ਸੋ ਇਹ ਥੋੜ੍ਹੇ ਦਿਨਾਂ ਦਾ ਕੇਸ ਆ ਬਿਲਕੁਲ ਸਾਹਮਣੇ ਆਇਆ ਸੋ ਸਾਡੇ ਜਿਹੜੇ ਦੇਸ਼ ਦੇ ਵਿੱਚ ਆ ਕੋਈ ਵੀ ਹਜੇ ਉਹੋ ਜਿਹੀ ਗੱਲ ਨਹੀਂ ਬਣੀ ਕਿ ਕੇਸਾਂ ਨੂੰ ਅਗਾਂਹ ਤੋਰਿਆ ਜਾਏ
तो साढ़े लिए सब तो बड़ी वधिया खबर है कि उसनू सजा हुई है पुलिसमैन। अगला जो सवाल है करोना ना, मेरा ख्याल तुसी जाना चाहते ज़्यादा, तो करोना का जिहड़ा प्यारे दर्शको पता नहीं ये सच है कि झूठ है कि इंडिया दे विच करोना की जिहड़ी मार है वो ज़्यादा बढ़ रही है, ये खबर आ रही हैं। और इंडिया भी आने वाले दिनों जहाँ पा ही दिता गया रेड जोन जा रहा, जिहड़ा भी इंडिया जाएगा उन्होंने जुर्माना तो होना सी पहला, लेकिन हूँ तो यह कह दिता भी शायद वो जा भी नहीं सकता। की विचार ने करोना बारे थोड़े को कुलवंत जी? हाँ जी चाहल जी, करोना जिहड़ा आ ये देखो ये महामारी है जिहड़ी वर्ल्ड वाइड ही है, ये आप नहीं कह सकते कि सिर्फ भारत के बच्चे है, सारिया कंट्रियां है ना जी। पर जिहड़ियां भी कंट्रियां ने प्रकॉशनस लोगों को हदायतां दित्तियां रखण लई अवेयरनैस दित्ती अवेयर किया लोगों नूं कि इहदे तों बचना किदां, चाहे वह वैक्सीन तैयार की आ, चाहे यूरोप की गल करिए आपां यूरोप दे विच लग रही है, इत्थे लग रही आ जां होरां कंट्रियां दे विच लग रही आ, पर साडा इक मुल्क है जे असीं अपने मुल्क दे नाल इहनूं रला के थोड़ी जी गल करिए तां साडे मुल्क दे विच करोना इह दुबारा तों जिहड़ा है बहुत वध रिहा, जिद्दां कि हुण रैड अलर्ट जारी कर दित्ता आ कि इंडिया नूं है ना। सो इत्थे दी भी गवर्नमेंट ने इह इत्थों दी न्यूज़ां दे विच भी आ गया सारा कुछ, सो भी जिहड़ियां इंडिया तों फ्लाइटां आउणियां जां जाणियां उहनां ते भी काफ़ी हुण निगरानी इहनां नूं रखणी पैणी आ कि हजे हदायतां मेरे ख्याल जारी होईआं नहीं वी की करना इहनां ने। सो देखो करोना भारत दे विच वध रहा, आपां इह गल कर रहे हां भारत दे विच जदों तक गौरमेंटां ने रैलियां करनियां होण सरकारां ने, देखो उदों करोना वो कित्थे जांदा है, पहली तां गल इह चाहे पहलां बंगाल दे विच बिहार चोणां होईआं सी, हुण बंगाल दे विच हो रहीआं, हुण आसाम दे विच मोहरे होणीआं आ सत स्टेटां दे विच। सो देखो करोना ये जिहड़े लीडर आ, लीडर साढ़े चाहे वह प्रधानमंत्री क्यों ना होण देश दे, चाहे वह गृहमंत्री क्यों ना होण, चाहे वह यूपी दे मुख्यमंत्री होण, वह आप उन्होंने हुण हजे लेटेस्ट जिहड़ियां उन्हां दियां वीडियो वायरल होईआं सब कुछ आपां देखदे आ कि वह आप कदी भी वह मास्क नहीं पाउंदे राइट, सिर्फ पब्लिक नूं लोकां नूं फरमान जारी करदे आ, चाहे वह तो अपने जिहड़े गंगा दे विच इशनान हुण करके हटे आ, हजे आ जिहड़ा मेला चल रिहा अपने जिन्हों कुंभ का मेला, देखो ये दो करे तीन इशनान हो गए तो 30-30 लाख लोगों तो ज़्यादा उत्थे लोग आए आ, तो उन्होंने तो किसी ने मास्क नहीं सी पाया आ, सिर्फ मास्क पाउणा जां नहीं पाउणा ये असी ये नहीं गल कहिंदे मास्क पाउणा चाहिए, पर गल तो इत्थे आ भी ये गरीबां ते ये तलवार क्यों लटकाउंदे आ। मेरा कुलवंत जी मेरा ख्याल है जिहड़े उन्होंने मेला कराया जो कुंभ का हो रहा वह तो ठीक है, क्योंकि उन्होंने कोल बहुत सारा इलाज हैगा आ, मूत भी पी लेंगे आ, गोहा भी मल लेंगे आ, सो इस करके उन्होंने को करोना नहीं आना, वो तो इतों तक भी कहा गया जी एक कम्यूनिटी आ भी तुम गोहा मल लो जोड़ा परमाणु बंब आ कुछ नहीं कर सकता। सो मैनू लगता उन्होंने मेला करोना तो कुछ कह नहीं, देखो पैसे इकट्ठे कर ली, देखो चाहल जी की नहीं हो रहा, देखो हूँ चलान है जो पुलिस कर रही आ पूरे भारत के, पहला चलान है जोड़ा लोगों का वो 1000 रुपया, तो दूसरा चलान है जोड़ा वो 10,000 तक आ, जानी जे एक बार बंदा कहता कि तुम नहीं मास्क पाया पर उन्हें पाया नहीं तो उन्होंने चलान मान लो हो गया 1000 रुपया, जे वह कितने सैकेंड टाइम वह उड़के आ जाता जानी जे पंजाबी ये तो 10,000। देखो गरीब लोग आ कि बिलक रहे उन्हां कोल काम काज कोई है नहीं गा, सरकारां नूं जिहड़े काम करने चाहिए आदि तो वह कोहां दूर आ, चाहे आप इंडिया के भारत की पूरे की गल करिए, चाहे उन्होंने वेंटीलेटर्स की गल हो, चाहे होस्पिटलों की गल हो, चाहे होस्पिटलों के बैड्स की गल हो, चाहे होस्पिटल जी बिल्डिंग है उन्हों की गल हो, चाहे डॉक्टर की गल हो, देखो उन्होंने को जोड़ा इंतजाम है वो लोगों के आवाम 136 करोड़ की आबादी कि कंट्रोल च करना कोई भी कंट्रोल है नहीं गा, कोई कुछ नहीं है, कोई उन्होंने को सुविधा है नहीं गी जी कि उन्होंने वो दे सकन, सिर्फ लुट के कारण यह जो बनाए जाते हैं, देखो ये बहुत मंदभागी गल है। भगवान जी फिर किया जाए जो इन्होंने क्या असल की मैं गलों बिल्कुल सहमत हाँ बी एक अपने पंजाबी का लफ्ज़ है एक अन्नी एक तो है कमली दूजी पैगी सिवे निरा, एक तो दुनिया अपने इंडिया दे विच महामारी फैली है तो दूजे नंबर उत्ते उन्होंने साढ़े जिहड़े अंधविश्वास ने उन्होंने लैके डुब रहे ने। मैं जिहड़ी मनुख की फिरने तुरने की आज़ादी आ उसे कोई बंधन लगे मैं ये पक्ष नहीं है, पर जिस तरह इस टाइम हालात ने उस हिसाब न जिस थोड़ा जा गुरेज किया जाए तो बेस्ट है। हुण सत रैलियां सत वो की स्टेट जिहड़े चुनाव से इलैक्शन कैंसल नहीं किए जा रहे थोड़े चिर लई, जो पता मुल्क दे विच एडी मुसीबत पई है कि कुंभ दा मेला कुछ चिर लई पोस्टपोन या कोई कंट्रोल नहीं किया जाता है। हाँ हाँ ये सारा कुछ उन्होंने नहीं ज्यादा फिर सैकेंड कोई तैयारी नहीं,
प्रधानमंत्री का होम मिनिस्टर का पूरा जोर लगे इलैक्शन कि जितना हस्पतालों के वेंटिलेटर किने पहुँचाने ऑक्सीजन किने पहुँचानी आ ये जो कुछ हो रहा है लोगों को बैड्स कितों देने ये साढ़े लिए सोचने वाली गल्ला ने हुण अपने ये आम तुसीं सारे देखा होगा बीबीसी देखा होगा जो आप सारे अजकल सोशल मीडिया से देखते हैं कि किवें मावां अपने पुत्तां नूं रोंदियां पईआं उह स्ट्रेचर ते पए ने ट्रॉलीज ते पए ने जां पुत मां नूं रोंदा पिआ सारा कुछ किस तरह का एक अणमनुखी देखण हुंदा आदमी नूं बैठे रोना हुंदा कि है पर यह सारी गलती साडी अपनी गलतियां करके आ साडे जी सिस्टम है साडा जी गवर्नमेंट आ उन्हां दी गलती करके आ उन्होंने यह सब किया ऑक्सीजन हुण एक पासे ऑक्सीजन हस्पताल दे विच ऑक्सीजन दी घाट हैगी आ लोग तड़फदे पए ने दूजे पासे स्टील प्लांट्स जिन्हां नूं ऑक्सीजन फर्नेस दे लई ऑक्सीजन दी लोड़ पैंदी आ उन्हां नूं उस तरह ही खुले भंडारे चलदे पए ने उस तरह ही ऑक्सीजन वरती जा रही है। खुशी दी गल है कि चलो मैं कि पक्ष नहीं खड़दा पर भी टाटा जिहड़ा स्टील प्लांट सी उन्होंने अपनी ऑक्सीजन घटा के उन्होंने कहा भी हस्पतालों नूं दिओ यह इस तरह के जिहड़े जिहड़ी हो इंडिया वर्गा मुल्क होवे एडा जिथे ऑक्सीजन की घाट के एडी एडी बड़े प्लांट लगे ने वो किस तरह घट सकती है। यह मिसमैनेजमेंट जिहड़ी मनुख की जिंदगी की कोई कीमत नहीं उत्थे भगवंत की चाल की किसी की कोई उन्होंने कोई कीमत नहीं हैगी उन्होंने लोगों तो उन्हों का मुख है प्रॉफिट कि बना है बिल्कुल पाजी ह्यूमन वैल्यूज तो बिल्कुल ही उन्होंने छिके टंग दतियाँ किदा देखो हॉस्पिटलों के बाहर चाहल जी कि जो लोग है वह बिलक रहे भी साडा पेशेंट सेगा जिहड़ा बड़ा सोहना अंदर सेगा गया हो उन्हों करोना के अधीन उन्हों किसी किसी जगह तो चुक लिया ज रैसट कर लिया तो उन्होंने हॉस्पिटल भर्ती कर दिता बाद दो दिन बाद चार दिन बाद वो दस दें कि डैथ हो गई आ तो फिर वो ये भी देखते भी उन्होंने किदा ऑरगैन वो कट के उन्होंने जोड़े अंग आचे जाते हैं जोड़े वीडियोज़ वायरल होंदिया होर कि कुछ असी देख रहे हैं जानी ह्यूमन मनुखता दे नाल जिन्हों का दूर दूर तक का भी उतों के डॉक्टर का ला लो चाहे उतों के सिस्टम का ला लो वास्ता बिल्कुल नहीं है उन्होंने लाइफ बारे जानी कोई 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 जानी नॉलेज है ही नहीं भी जिदा माड़ी मोटी भी कोई संघ शर्म जिदा पंजाबी कह लिए भी है ही नहीं। भगवान जी मेरा सवाल यह हैगा भी जेकर करो चलो उन्होंने तो छड लें आप गल नहीं मुड़ के करना जिहड़े जिन्होंने कुंभ मेला लाया क्योंकि उन्होंने को दवाई हैगी छाप पीना गऊ का उन्होंने गोबर मरना देखो रामदेव उन्होंने दवाइया देखो कि बना रहे हैं पर लोगों योगा करा करा के कहते ठीक हो जाना जी है ना आप उन्होंने प्लाट लाए दवाइया पढ़े लिखे बंदा जो सोचूगा भी रात का करफ्यू जिहड़ा हुण तुसीं मैनूं इस चंगी तरह संभाल सवाल जिहड़ा समझाउणा मैनूं खुद नूं नहीं आया मैं अपने आप नूं बहुत वारी सवाल पा के देखिया कहिंदे जी रात नूं 8 बजे तों 5 बजे तक करफ्यू आ करोना दे कारण लोकी तां रात नूं सौ जांदे आ कि करफ्यू रात नूं आउंदा उहनूं फड़ना हुंदा आ भी तुसीं अंदर सौ जाओ भी हुण करोना आउणा आ असीं इहनूं फड़ लैणा आ कि उह बघियाड़ आ बिल्ला आ की आ उह मैनूं इह समझाओ भी रात दा करफ्यू की हुंदा आ माफ करना मैं इन्हूं होर क्लीयर करदा आप जो रा करफ्यू लाने जे दंगे कोई फसाद होए उन्हूं ठल पाउण लई कह दिता जांदा भी 2 घंटे लिए बंद 5 घंटे लिए गुस्सा हुंदा ना इंसान दा चलो 2-4 घंटे ठीक हो जाना जे ज़्यादा आ फिर 3 दिन बंद करके 2 दिन दे देना भी सब्जी का लै लो सब्जी भाजी लै लो दब दब फिर 2 घंटे बाद बंद आ ये तो एक तरतीब आ देखो चाल जी राइट हुण 9 बजे तक कहिंदे भी चाहे वह ग्रोसरी शॉपा आ चाहे वह स्टोर आ चाहे वह मठियाई दी शॉपा चाहे होर भी जिदा भी कपड़े दी शॉपा ला लो जिदा भी हैगा सारिया बंद पर शराब दे ठेके खुले आ प्यास लगे पानी पीण दी जां गलासी गलूसी लाउण दी जिदां चित करे तां कदी भी ला सकदा रात नूं 12-1 बजे दी 2 बजे दी ठेके ठुके सारे खुले आ इंडिया गवर्नमेंट दे खुद नहीं पता है गल सिर्फ ते सिर्फ उन्होंने लोगों दसना होंगे भी असीं कुछ कर रहे हैं
जिहड़े कोई लोग कहिंदे ने इन्हां ने कंट्रोल नहीं करते पे, वो नहीं करते कंट्रोल। हुण रात नूं करफ्यू लाउण दा मतलब बिल्कुल आपां इक बेवकूफ लोकां नूं सिर्फ बेवकूफ बणाया जा रहा है। बिल्कुल मैनूं सवाल प्यार दर्शको मैनूं इन्ना गल दा सवाल दा समझ आ गई, आपां नैक्सट सवाल ते जावांगे। ਵੀ ਜਿਹੜਾ ਰਾਤ ਨੂੰ ਕਰੋਨਾ ਦਾ ਰਾਤ ਨੂੰ 9 ਵਜੇ ਤੋਂ ਸਵੇਰ ਦੇ 5 ਵਜੇ ਤੱਕ ਲਾਉਣ ਦਾ ਮਤਲਬ ਇਹ ਹੁੰਦਾ ਵੀ ਜਿਹੜੇ ਪੰਜਾਬੀ ਲੋਕ ਜਾਂ ਭਾਰਤੀ ਲੋਕ ਉਹਨਾਂ ਨੂੰ ਪਤਾ ਇਹ ਮੂਰਖ ਆ, ਉਹਨਾਂ ਨੂੰ ਮੂਰਖ ਬਣਾਉਣਾ, ਅਮੂਰਖ ਹੀ ਬਣਾਇਆ। ਜਦੋਂ ਥੋੜ੍ਹੀ ਦੇਰ ਪਹਿਲਾਂ ਇਹਨਾਂ ਨੂੰ ਕਿਹਾ ਸੀ ਵੀ ਤੁਹਾਨੂੰ ਅਸੀਂ ਲੈਪਟਾਪ ਦੇਣੇ ਆ, ਆਈਫੋਨ ਦੇਣੇ ਆ, ਗੁਟਕੇ ਦੀ ਸਹੁੰ ਖਾ ਕੇ ਤੁਹਾਡੇ ਕੋਲ ਬੂਟਾ ਲੈ ਲਈ, ਉਹਨਾਂ ਨੂੰ ਪਤਾ ਵੀ ਇਹਨਾਂ ਨੂੰ ਮੂਰਖ ਬਣਾਇਆ ਜਾ ਸਕਦਾ। ਸੋ ਇਹ ਸ਼ਾਇਦ ਤੁਹਾਨੂੰ ਮੂਰਖ ਬਣਾਉਣ ਦਾ ਇੱਕ ਸਿਲਸਿਲਾ ਆ, ਉਹ ਇੱਕ ਰਾਹ ਆ। ਇਹ ਤੋਂ ਬਿਨਾਂ ਹੋਰ ਕੋਈ ਗੱਲ ਹੀ ਨਹੀਂ ਬਣਦੀ ਜੀ, ਉਹ ਸਮਝ ਹੀ ਨਹੀਂ ਆਉਂਦੀ ਹੈਗੀ। ਅੱਛਾ ਉਹਨਾਂ ਨੂੰ ਪਤਾ ਪੱਕਾ। ਚੱਲ ਜੀ, ਮੈਨੂੰ ਤੁਸੀਂ ਪੁੱਛਦੇ ਸੀ ਵੀ ਰਾਤ ਨੂੰ ਹੋਣਾ, ਮੈਨੂੰ ਇਹ ਦੱਸੋ ਹੁਣ ਵੀ ਇਹ ਮੂਰਖ ਕੋਵਿਡ ਨੂੰ ਕਰੋਨੇ ਨੂੰ ਬਣਾਇਆ ਜਾ ਰਿਹਾ, ਲੋਕਾਂ ਨੂੰ ਬਣਾਇਆ ਜਾ ਰਿਹਾ, ਲੋਕਾਂ ਨੂੰ ਦੱਸਿਆ ਜਾ ਰਿਹਾ ਜਾਣ ਬੁੱਝ ਕੇ, ਅਤੇ ਵੀ ਤੁਸੀਂ ਕਮਰੇ ਅੰਦਰ ਜਾ ਕੇ ਬੈਠੋ, ਇਸ ਵੇਲੇ ਤੁਹਾਡੀ ਲੁੱਕ ਆਫਟਰ ਕਰਦੇ, ਰਾਤ ਨੂੰ ਕਰੋਨਾ ਘੁੰਮਦਾ ਜਾਣੀ ਕਿ ਕਿਸੇ ਨੂੰ ਫੜ ਨਾ ਲਵੇ ਨਾ, ਆਕਸੀਜਨ ਦਾ ਆਪਾਂ ਨੇ ਦੇਖਿਆ ਕਿਸ ਤਰ੍ਹਾਂ ਲੋਕ ਮਰਦੇ ਪਏ ਨੇ, ਉਸ ਨੂੰ ਕੀ ਕਰਦੇ ਪਏ ਨੇ। ਮੈਂ ਹੋਰ ਤੁਹਾਡੀ ਗੱਲ ਨੂੰ ਥੋੜ੍ਹੀ ਜਿਹੀ ਰੋਕਣਾ ਚਾਹਾਂਗਾ ਵੀ ਇਹ ਉਹ ਬੰਦਾ ਕਹਿ ਰਿਹਾ ਜਿਹੜਾ ਪੰਜਾਬ ਦਾ ਮੁੱਖ ਮੰਤਰੀ ਆ, ਔਰ ਮੈਂ ਇੰਗਲੈਂਡ 'ਚ ਪੜ੍ਹ ਕੇ ਗਿਆ, ਉਹ ਕਹਿ ਰਿਹਾ ਵੀ ਰਾਤ ਨੂੰ 9 ਤੋਂ 5 ਵੇਲੇ ਕਰਫਿਊ ਹੋਵੇ। ਮੇਰੇ ਖਿਆਲ ਸਾਰੇ ਪੜ੍ਹ ਕੇ ਇੱਥੋਂ ਹੀ ਗਏ ਆ। ਅਸਲ ਦੇ ਵਿੱਚ ਉਹ ਕੀ ਆ ਜਿਹੜਾ ਹੁਣ ਆਕਸੀਜਨ ਨਾਲ ਕੀ ਆ, ਇੱਕ ਜਿਹੜਾ ਕਿਸਾਨੀ ਕੋਲ ਸਾਡਾ ਪੰਜਾਬ ਦੇ ਵਿੱਚ ਦਿੱਲੀ ਦੇ ਚੱਲਦਾ ਪਿਆ, ਪੰਜਾਬ ਤੋਂ ਇਸੇ 'ਤੇ ਆਉਂਦੇ, ਅਗਲੇ 'ਤੇ ਚੱਲਦੇ ਹਾਂ। ਕੁਲਵੰਤ ਜੀ, ਕੀ ਜਿਹੜਾ ਕਰੋਨਾ ਨੂੰ ਵਧਾ ਕੇ ਦੱਸਣ ਦਾ ਜਿਹੜਾ ਆਪਰੇਸ਼ਨ ਆ ਇਹ ਕਲੀਨ ਹੋ ਜਾਵੇਗਾ? ਦੇਖੋ, ਆਪਰੇਸ਼ਨ ਕਲੀਨ ਜਾਂ ਕਲੀਨ ਆਪਰੇਸ਼ਨ ਜੀ ਇੱਕੋ ਹੀ ਗੱਲ ਆ ਇਹ ਜੀ। ਦੇਖੋ, ਇਹ ਨਾਂ ਦਿੱਤਾ ਗਿਆ ਆ ਜਿਹੜਾ ਕਿ ਦਿੱਲੀ ਧਰਨਿਆਂ ਦੇ ਉੱਤੇ ਸਾਡੇ ਕਿਸਾਨ ਵੀਰ ਬੈਠੇ ਆ, ਉਹਨਾਂ ਨੂੰ ਉੱਥੋਂ ਖਦੇੜਨ ਦੀ ਜਿਹੜੀ ਹੈਗੀ ਆ ਗੌਰਮੈਂਟ ਨੇ ਚਾਲ ਇਹ ਚੱਲੀ ਆ। ਅਤੇ ਕਰੋਨਾ ਦਾ ਵੀ ਉਹੀ ਜਿਹੜਾ ਆ ਲੋਕਾਂ ਦੇ ਵਿੱਚ ਵਹਿਮ ਅਤੇ ਭਰਮ ਜਿਹੜਾ ਆ ਪਾਇਆ ਜਾ ਰਿਹਾ ਵੀ ਕਰੋਨਾ ਬਹੁਤ ਤੇਜ਼ੀ ਨਾਲ ਫੈਲਦਾ, ਆਪਾਂ ਉਹ ਵੀ ਗੱਲ ਕਰ ਰਹੇ ਹਾਂ ਜੀ। ਇੱਕ ਕਾਲਰ ਜੀ ਜੀ, ਜੈਗੁਰਦੇਵ ਜੈ ਭੀਮ ਜੀ, ਹੁਣ ਤਾਂ ਅੱਧਾ ਘੰਟਾ ਬਣਦੀ ਠੀਕ ਜੀ। ਜੈਗੁਰਦੇਵ ਜੀ, ਧੰਨ ਗੁਰਦੇਵ ਜੀ ਜੀ ਜੀ, ਹਾਂਜੀ ਤੁਸੀਂ ਆਉਂਦੇ ਹੋ ਰਾਂ ਜੀ, ਗੱਲ ਕਰੋ। ਗੱਲ ਇਹ ਕਰਨੀ ਆ, ਪ੍ਰੋਗਰਾਮ ਚੱਲ ਰਿਹਾ ਉੱਥੇ ਕਰ ਰਹੇ ਨਾ ਗੱਲਾਂ ਕਰੋਨਾ ਕਰਾਨਾ ਦੀਆਂ, ਮੈਂ ਤਾਂ ਟੈਲੀਫੋਨ ਅੱਜ ਤੱਕ ਕੀਤਾ ਨਹੀਂ, ਹੁਣ ਪੜ੍ਹ ਕੇ ਆਦਮੀ ਹੈ ਜੀ। ਹੁਣ ਕਰੋਨਾ ਇੰਨਾ ਕੁ ਹੈ, ਸਭ ਕੁਛ ਗਿਆ, ਠੀਕ ਹੋ ਗਿਆ, ਉਹ ਜਿਹੜੀ ਉਹ ਬਲੈਕ ਮਾਰਕੀਟ ਹੋ ਰਹੀ ਆ ਕਿਡਨੀਆਂ ਦੀ, ਇੰਜੈਕਸ਼ਨਾਂ ਦੀ, ਇਹ ਉਹ ਬਹੁਤ ਉੱਥੇ ਖੱਟਣ ਗਏ ਨੇ, ਉੱਥੇ ਇੱਕ ਧਰਮ ਦੇ ਠੇਕੇਦਾਰ ਹੈਗੇ ਨੇ ਜਿਹੜੇ ਜੀ, ਪਹਿਲਾਂ ਤਾਂ ਵੱਡੇ ਠੇਕੇਦਾਰ ਹੈਗੇ ਆ ਮੁਸਲਮਾਨ ਜੀ, ਅੱਲਾਹ ਦੇ ਇਸ ਤਰ੍ਹਾਂ ਨਹੀਂ ਕਹਿਣਾ ਚਾਹੀਦਾ ਜੀ, ਜੀ ਦੂਜੇ ਰਾਮ ਦੇ ਰਿਸ਼ਤੇਦਾਰ ਜੀ, ਤੀਜੇ ਇੱਕ ਪੈਦਾ ਹੋਰ ਹੋ ਗਿਆ ਗੁਰੂ ਗੋਬਿੰਦ ਸਿੰਘ ਦੇ ਰਿਸ਼ਤੇਦਾਰ ਜੀ। ਅੱਛਾ, ਇਹਨਾਂ ਨੇ ਮਾਰ ਦੇਣਾ ਉੱਥੇ, ਉੱਥੇ ਕੁਛ ਨਹੀਂ। ਤੁਸੀਂ ਇੱਕ ਮਿੰਟ ਲਈ, ਤੁਹਾਡੀ ਅਸੀਂ ਗੱਲ ਬੜੀ ਆਰਾਮ ਨਾਲ ਸੁਣੀ ਹੈ, ਤੁਸੀਂ ਮੈਨੂੰ ਹੁਣ ਦੱਸੋ ਵੀ ਜਿਹੜੀਆਂ ਤੁਸੀਂ 3 ਗੱਲਾਂ ਕਹੀਆਂ ਇਹਦਾ ਕਰੋਨਾ ਨਾਲ ਕੀ ਆਪਸ ਵਿੱਚ ਸੰਬੰਧ ਆ? ਮੇਰੇ ਕਹਿਣ ਦਾ ਮਤਲਬ ਉੱਥੇ ਕੁਛ ਨਹੀਂ, ਉੱਥੇ ਜੈ ਸ਼੍ਰੀ ਰਾਮ ਦੇ ਨਾਰੇ ਲੱਗ ਰਿਹਾ ਬੰਗਾਲ ਦੇ ਵਿੱਚ, ਰਾਮ ਦਾ ਉੱਥੇ ਕੰਮ ਕੀ ਇਲੈਕਸ਼ਨ ਦੇ ਵਿੱਚ? ਦੇਖੋ, ਤੁਹਾਡੀ ਗੱਲ ਸਮਝ ਪੈਂਦੀ ਆ, ਮੈਨੂੰ ਇਹਨਾਂ ਨੂੰ ਕਲੀਅਰ ਕਰਨ ਦਿਓ, ਤੁਸੀਂ ਗੱਲ ਕੀਤੀ ਆ, ਤੁਸੀਂ ਕਲੀਅਰ ਕਰੋ, ਸਾਨੂੰ ਸਮਝ ਨਹੀਂ ਆਈ ਵੀ ਤੁਸੀਂ ਕੀ ਗੱਲ, ਨਾ ਸੁਣਨ ਵਾਲਿਆਂ ਨੂੰ ਸਮਝ ਆਈ ਆ ਵੀ ਕਰੋਨਾ ਦੀ ਗੱਲ ਚੱਲ ਰਹੀ ਆ ਔਰ ਤੁਸੀਂ 2 ਧਰਮਾਂ ਜਾਂ 3 ਧਰਮਾਂ ਦੇ ਨਾਂ ਲੈ ਕੇ ਗੱਲ ਕਰ ਰਹੇ ਹਾਂ, ਜਦਕਿ ਮੈਂ ਹਮੇਸ਼ਾ ਕਹਿੰਦਾ ਉੱਥੇ ਕੁਛ ਨਹੀਂ, ਮੇਰਾ ਮਤਲਬ ਕਹਿਣ ਦਾ ਕੁਛ ਨਹੀਂ ਹੋਣਾ। ਅੱਛਾ, ਚਲੋ ਜੀ, ਥੈਂਕ ਯੂ ਵੈਰੀ ਮੱਚ। ਸੋ ਪਿਆਰੇ ਦਰਸ਼ਕੋ, ਜਦ ਵੀ ਕਾਲ ਕਰਦੇ ਹੋ ਨਾ ਕਿਸੇ ਵੀ ਧਰਮ ਦੇ, ਜਾਂ ਤਾਂ ਤੁਹਾਡੇ ਕੋਈ ਲਫ਼ਜ਼ ਹੋਵੇ ਧਰਮ ਦੇ ਬਾਰੇ ਕਹੀ ਗਈ ਗੱਲ ਦਾ ਕਲੀਅਰ ਕਰਨ ਦਾ, ਤਾਂ ਤੁਸੀਂ ਕਹਿ ਸਕਦੇ ਆ ਜੇ ਕੋਈ ਲੌਜਿਕ ਆ, ਜੇ ਉਵੇਂ ਹੀ ਗੱਲ ਕਰਨੀ ਪਏ ਆਏ ਹਾਂ। ਹਾਂ, ਇਹਨਾਂ ਨੂੰ ਗੱਲ ਸਮਝਾਉਣੀ ਨਹੀਂ ਆਈ ਵੀ ਕਰੋਨਾ ਜੋ ਇਲੈਕਸ਼ਨ ਹੋ ਰਹੇ ਨੇ ਸਾਡੀਆਂ, ਕਰੋਨਾ ਚੱਲ ਰਿਹਾ, ਇਲੈਕਸ਼ਨ ਦੇ ਵਿੱਚ ਕੋਈ ਤਾਂ ਆਪਣੇ ਜੈ ਸ਼੍ਰੀ ਰਾਮ ਦੇ ਨਾਅਰੇ ਲਾ ਰਿਹਾ, ਕੋਈ ਮੁਸਲਮਾਨ ਧਰਮ ਦੇ ਨਾਅਰੇ ਲਾ ਰਿਹਾ, ਵੀ ਜਿਹੜੀ ਰਾਜਨੀਤੀ ਹੁੰਦੀ ਉਹਦੇ 'ਚ ਧਰਮ ਨਹੀਂ ਹੋਣਾ ਚਾਹੀਦਾ, ਕਹਿਣਾ ਇਹ ਚਾਹੁੰਦੇ ਸੀ, ਗੁਟਕਾ ਫੜ ਕੇ ਕਹਿ ਰਿਹਾ ਜੋ, ਹਾਂਜੀ ਜੋ ਇਹ ਸ਼ਾਇਦ ਇਹ ਕਹਿਣਾ ਚਾਹੁੰਦੇ ਸੀ, ਉਹਨਾਂ ਕੋਲ ਕਹਿ ਨਹੀਂ ਪਾ ਹੋਇਆ ਇਸ ਗੱਲ ਦਾ, ਇਹ ਮੈਨੂੰ ਲੱਗਦਾ ਇਹ ਹੋਵੇਗਾ, ਲੇਕਿਨ ਮੈਂ ਇਹਦੀ ਜ਼ਿੰਮੇਵਾਰੀ ਨਹੀਂ ਲੈਂਦਾ। ਜੈ ਗੁਰਦਾਸ ਜੈ ਭੀਮ ਜੀ, ਹਾਂਜੀ ਜੈ ਗੁਰਦਾਸ ਜੈ ਭੀਮ ਜੀ,
हाँ जी जय गुरुदेव जी, क्या हाल है जी? ठीक हो? ठीक है जी, बिल्कुल ठीक है। बड़ा सर तो प्रोग्राम चले, मैं देखो जरा का ऑक्सीजन की लोड़ पई है इंडिया च, सारे घर च कट्ठी कर लीए और हॉस्पिटल खाली कर दिता है, मतलब उत्थे दी फीलिंग देखो ते इत्थे दी फीलिंग देखो, इत्थे घरों भी कट के चीज देने के नहीं, मैं एक काम कराना है। मैं तुम बड़ी शानदार गल सुनाना चाहना वा कि एक दो इत्थे गुरुद्वारा बनता पिया सी, जेलो बिल्डिंग बना से ना ते चैरिटी मनी लैनी सी, जेड़ा कदम बिल्डिंग का सर्वे असी ना अकाउंटेंट वगैरह उन्हें मतलब नकली अकाउंट बना के ना ज्यादा पैसे कट्ठे लै ले ताजे मैं बना सका बिल्डिंग अच्छी बन सके। अच्छा वो पैसे फ्रॉड करके लै ले ते बिल्डिंग बन गई, तुम पता बिचू बंदे शिकायत करने वाले आते थे, एक ने शिकायत कर दी, केस जज पहुंचा, जज देखो कह लगा देखो मैं तेरी गल तो मनना वा, तू ये गलत काम किया है पर तेन मैं इस बेस से छड़ देना कि तेरा अपना परसनल इंटरेस्ट नहीं सी, तू किसे वास्ते चंगा काम कर रहा सी इस करके छड़ देना। तो कहता पावे कि फीलिंग अच्छी होनी चाहिए बंदे का कि मैं हूं इन मैं हैरान हूं जेड़ा घर सिलेंडर लैके लोग रख लेन, कहने साढ़े घर के पांच जीन पांच सिलेंडर रख लो पता नहीं किड़ा बीमार हो जाए, वो जे मरते पे उन्होंने नहीं देना, यह सैल्फिशनैस होती है। वो फिश की मां पूछण लगी ना फिश को असी पानी च क्यों रहने, धरती से क्यों नहीं रहने, असी कहने वो कह असी फिश हाँ, ये सारे सैल्फिश बंदे धरती उत्ते रहने जब लोगों के मतलब अपना काम नहीं कर देते अपना सैल्फिश बनने, तो कहते पावे कि साड़िया फीलिंग होनी चाहिए नहीं मतलब ती अपनी प्लेट दो रोटियां हो दो अगले भी अगे रख दो ऐला भाई तू पहला खा मैं देखागा, कहने रियल फीलिंग। तो पहले साढ़े पता की होंगे साढ़े टेबल से अगर रोटी है साढ़े गोरे तो पहले दसा अगर टेबल से बैठे हो ना चार पांच बंदे जो भी चीज आती है ना तो जोड़ा आदमी प्लेट चाहता ना पहले जिस पास लेडी बैठी है उधर आफर करता है, फिर वो बाद सजे पास दूजे पास फिर आप लेंदा है, साढ़े बंदे की करते हैं प्लेट लैके जोड़ा चिकन है जो भी चीज है पहले अपनी प्लेट भर लेगा खीर की या गजरेले की फिर देखेगा अगले जिथे जा। साढ़े ये होंगे भाजी कि जे ब्याह शादी से भी दूजा ना ज्यादा खा जाए चिथनी घट आ दवा दब अंदर सटनी ज्यादा मैं खा जाऊँ जो भाई साहब जी ने गल की इंडिया जो पाकिस्तान नहीं सी जो गोरे सी अंग्रेज लोगों ने जो भारत से राज किया तो उन्होंने इंडिया नूं लुटिया बिना शक, लेकिन वो सारे का सारा लुट जिहड़ी सी वो भारत ब्रिटिश खजाने च आई, किसी ने परसन नहीं रखिया, लेकिन असी जो भी लुटिया असी परसनल लुटिया अपने लिए लुटिया, ईवन के हुण भी जे 1965 यानी 65 साल जो हो चुके सी देश आज़ाद होए नूं उस वेले का वेरवा बई पूरे पौने 300 साल या 250 साल भारत नूं लुटते रहे गोरे और इन्होंने 6500 करोड़ मान लो लुटिया 65 साल पौने 3 साल पौने 300 साल माफ करना, लेकिन एक रिपोर्ट यह भी आ कि 65 साल कल्ला इंडिया ने 65100 करोड़ गुणा लुट के बाहर कढ़ दिता, यानी जिहड़ा पौने 300 साल होया उन्होंने 65 साल कर दिता। सो किन्नी साड़ी तेज़ रफ्तार है, मान लो साढ़े को 40 पाउंड है ज चार पैसे है उन्होंने गंढ बन के पिछे सट दें सोफे दे, नहीं चकते वो मार्केट नहीं आते उदा कोई वैल्यू नहीं रह जाती, असी जोड़ के रख लें ज सर्कुलेट होएगा ता ही फायदा होएगा, थोड़ी कहण का मतलब यही सी असी अपने लिए जोड़ते हैं जोड़ माए जोड़ तेन खाने वाले हुए खाने वाले होर बड़िया कहानियां योजना ने। सो गल करते आप हाँ जी गल सी बई जिहड़ा असल विच पहला मुड़ के चलदे उत्थे क्योंकि जिहड़ी सरकारां आ किस तरह लोगों नूं बदनाम करदियां जां घोलां नूं बदनाम करदियां उहदे नाल है, हुण ऑक्सीजन दी जिहड़ी मैनेजमेंट मिसमैनेजमेंट आ उहदे नाल इंडिया दे विच मौतां हो रहियां, पर सरकार की करदी आ बई जिवें उह कहण लगे ने बई जिहड़ा दिल्ली बार्डर दे उत्ते किसान बैठे ने उह ट्रक नहीं लंघण दिंदे पए तां करके ऑक्सीजन दी घाट रही आ, जिहड़ी कि टोटली गलत आ। इह किसान लीडर के बयान भी आए हैं असं बिल्कुल रोकते नहीं सोचते उन्हों की मदद करते हैं, जो कोई ट्रक कोई भी कोई इस तरह की कोई एमरजेंसी वाले कोई है काम उन्होंने लंघन दें
तो इस उल्ट बिल्कुल यह है कि जिहड़ी हरियाणा गौरमेंट आ उहदी रिपोर्टां आईयां जिहड़े असल विच दिल्ली दे हस्पताल ने गंगा श्री सर गंगा राम होस्पिटल या होर होस्पिटल ने उन्हां दी रिपोर्टां ने वो कहिंदे सानूं जिहड़ी आ हरियाणा गौरमेंट आ वह नहीं साढ़े ट्रक लंघन दिंदी पई बई वह क्योंकि बदनामी का टिका सिर्फ तो सिर्फ किसानों के ना लगे वो ऐस मतलब कि किस तरह का किस तरह जाना दे लोग मनुखी जिंदगियां दे नाल खेल के एक राजनीतिक खट्टी खट्टी आ रही है किस तरह के असी किस तरह के मुल्क ने साडे किस तरह के साडे लोग ने जां सानू ये सारा सोचना पवेगा कि सरकारां इह तुहानूं लुट्टण लई तुहानूं मारने लई कदे दो वार नहीं सोचदियां इन्हां ने जिहड़ा हुण तुसीं इस तों अंदाजा लगा सकदे हो कि वह अपनी राजनीति करने दे लई हस्पताल दे विच मर रहे छोटे छोटे बच्चे जां जवान जां बुढ़े साढ़े जिहड़े भैण भाई आ वह मर रहे ने उन्होंने उसका कोई मतलब नहीं है तो सिर्फ तो सिर्फ किसान कोल नूं बदनाम करने के खातर उन्होंने ये काम किया कि यह कह दो कि जो ट्रक हैं दिल्ली बार्डर से फसे हुए हैं क्योंकि उत्थे घोल चलता पिया ये बिल्कुल गलत है इस दे लई मैं अपने दोस्तों अपने सुनने वालों नूं यह क्लीयर करना चाहुंदा जी आह गल जिदा हुण तुसीं गल कीती है भी करोना की है ना हाँ जी जय गुरदेव जी भीम जी जय गुरदेव जी चाल साहब की हाल चाल बहुत वधिया जी नवन बोरा जी कमेंट्री दा महाराज जी हाँ जी नवन बोरा जी कमेंट्री दा हाँ जी गगन जी कैसे सेहत किवें तुहाडी ठीक हो बहुत वधिया जी बस कृपा महाराज जी जी गगन जी गल तुसीं कर रहे जी करोना बारे ते अपना जिहड़ा इंडिया सिस्टम चल रहा लॉकडाउन दा स्पैशली जी पहली गल तो यह कर लीए कि बीमारी सीरियस है कोई शक नहीं है जी बीमारी बहुत सीरियस है और सानू बहुत एहतियात बरतनी चाहीदी आ जी दूजी गल यह है कि जो इंडिया की सरकार कर रही है बिल्कुल सही नहीं है एक बस दो रैलियां करी जांदे अपनी मर्जी के नाल जी लोगों ने बेवकूफ बना रहे हो प्रॉपरली जी सानू अपनी सेहत का ध्यान आप रखना पैना बिल्कुल ठीक है साडी लाइफ साडे हाथ आ और सानू ध्यान रखना चाहीदा मेरे ख्याल उस करके लॉकडाउन रात का लाया गया होर पिछले कोई वड्डी गल है नहीं कोई भी ठीक है बहुत मेहरबानी तुसी कदों कर रहे हैं अपना प्रोग्राम हेलो जी चलेगा चलो की किसान फिर वापस जाएंगे जे ये क्लीन जिहड़ा ऑपरेशन क्लीन हाँ जी नहीं देखो ये हजे क्या गया है इदा खबर जिहड़ियां इह सुणन नूं मिलदियां कि ऑपरेशन क्लीन ऑपरेशन कि किसानां नूं फोर्स किया जा रहा कि तुसीं घर नूं जाओ करोना बहुत वध रहा पर देखो किसानां ने तो हुण हजे कल दी गल आ उगराहां ग्रुप ने पंजाब तो दुबारा फिर चाले पाते आए चाहल जी उन्होंने कहा कि असी 30,000 लोगों का जत्था लैके तो दुबारा फिर असी सिंघू बॉडर से जाना आ जी टिकरी बॉडर से जाना है क्योंकि गल हैगी क्योंकि किसान बहुत ही तादाद दे विच फसल की वाढ़ी होण कारण कणक की वाढ़ी होण कारण अपने कम्मां कारां दे करके वो मुड़ गए सीगे जी जिहदे करके इन्हां नूं गौरमेंट नूं भी यह लग्या भी हुण लोग बहुत इत्थे घट गए आ भी क्यों ना कोई इदां दा षडयंत्र रच के तो देखिया जाए ट्राई करके इन्हां नूं टैसट कर किया जाए भी यह देखिए किन्ने कहो जे करंट जां नहीं जिदां कि देखण नूं हुंदा भी किन्ना क करंट है देखिए ना मोटर टैस्टिंग है पिछे जे गणेश नूं दुध पिलाया गया सी ये करन दे लई भी लोग हजे किन्ने क मूर्ख आ ते कल्ले कल्ले पिंडां सारे हवा वांगू मतलब अग वांगू ये गल फैल गई सी कि उन्होंने सारे ने गणेश नूं पानी पिलाना दुध पिलाया तो गणेश पींदा सी जदकि प्लास्टिक पैरस जिहड़ी आ जदों तुसीं उहदे मूँह लाउंगे कुछ भी उहनूं पी जाणा हुंदा सो फिर हरियां चूड़ियां दा भी रिवाज आया भी हरियां चूड़ियां दे देखो सारा कुछ उत्थे भारत च ही आउंदा है मैं कहिंदा भी इह इदां दीआं जिहड़ियां चैक करदे रहिंदे ने भी मूर्ख किन्ने कहि जे सी देखो गोरियां ने तां इत्थों दे चाहल जी ट्रेनां समुंदर दे विच दी चलातीआं चलदीआं कि नहीं चलदीआं जी जी पर साडे तां हजे असीं ट्रेनां तुसीं समुंदर च चलाउण दी गल कीती आ इहदे नाल इक होर संबंधित सवाल आपां इत्थे फिर आ जाणा मुड़ के किसानां ते हाँ जी बाबा बालकनाथ कमेंट्री दा एक साथ जिहड़ा आ उह अरैसट होया की है जी नहीं जी अपने अरैसट नहीं होए सज़ा हाँ उन्हां ते दोष लगे ने जी
ਰਜਿੰਦਰ ਕਾਲੀਆ ਨਾਂ ਦਾ ਇੱਕ ਉੱਥੇ ਦਾ ਜਿਹੜਾ ਪੁਜਾਰੀ ਕਹਿ ਲਓ, ਉਸਦਾ ਮਾਲਕ ਕਹਿ ਲਓ, ਅਤੇ ਉਸ ਦੇ ਉੱਤੇ ਚਾਰ ਔਰਤਾਂ ਵੱਲੋਂ ਚਾਰਜਿਸ ਲੱਗੇ ਨੇ ਅਤੇ ਜਿਹੜਾ ਕੇਸ ਚੱਲਦਾ ਪਿਆ। ਟਾਈਮਸ ਆਫ ਇੰਡੀਆ ਨੇ ਟਾਈਮਸ ਦ ਟਾਈਮਸ ਨੇ ਇੰਗਲੈਂਡ ਵਾਲੇ ਨੇ ਦਿੱਤਾ ਆ ਕਿ ਉਸ ਦੇ ਉੱਤੇ ਚਾਰ ਕੇਸ ਰੇਪ ਦੇ ਲੱਗੇ ਨੇ ਅਤੇ ਉਹਨਾਂ ਦੇ ਵਿੱਚ ਇੱਕ ਕੇਸ ਇੱਥੇ ਤੱਕ ਵੀ ਹੈਗਾ ਜੀ ਬਈ ਇੱਕ ਉਹ ਇੱਕ ਔਰਤ ਨੂੰ ਲਗਭਗ ਜਦੋਂ ਸਿਰਫ 4 ਸਾਲ ਦੀ ਸੀ ਉਸ ਤੋਂ ਉਹ ਬਦਫੈਲੀ ਕਰਦਾ ਰਿਹਾ, ਬਲਾਤਕਾਰ ਕਰਦਾ ਆ ਰਿਹਾ। ਅਸਲ ਦੇ ਵਿੱਚ ਇਹ ਕੰਮ ਜਿਹੜੇ ਨਾ ਹਾਂਜੀ ਤੁਹਾਡਾ ਰੁਕਣਾ ਪਊਗਾ ਔਰ ਮੈਂ ਕਾਲ ਲੈ ਕੇ ਤੁਹਾਡੇ ਹਾਂਜੀ 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 ਜੈਗੁਰਦਾਸ ਜੈ ਭੀਮ ਜੀ ਜੈਗੁਰਦਾਸ ਜੈ ਭੀਮ ਜੀ 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 ਮਲਕੀ ਸਿੰਘ ਗੱਲ ਬੋਲਦਾ ਜੀ ਬੁਲਾਹਿੰਟਨ ਤੋਂ ਜੀ। ਦੇਖੋ ਜੀ ਦੇਸ਼ ਦੇ ਜਿਹੜੇ ਰਾਖੇ ਆ ਜਿਹੜਾ ਆਪਾਂ ਜ਼ਿੰਮੇਵਾਰੀ ਦਿੱਤੀ ਆਪਾਂ ਪ੍ਰਧਾਨ ਮੰਤਰੀ ਨੂੰ ਜੀ ਮੋਦੀ ਨੂੰ ਉਹੀ ਨਹੀਂ ਜਦੋਂ ਕਾਨੂੰਨ ਦੀ ਪਾਲਣਾ ਕਰ ਰਹੇ ਤਾਂ ਲੋਕਾਂ ਨੂੰ ਕੀ ਸਮਝਾਉਣਗੇ, ਉਹ ਆਪ ਤਾਂ ਇੰਨੇ ਇਕੱਠ ਕਰਦਾ ਦੇਖਦਾ ਨਾਲੇ ਕਿੰਨੇ ਇਕੱਠ ਆ ਕਹਿੰਦਾ ਹਰ ਬੰਦੇ ਨਾਲ ਬੰਦਾ ਜੁੜਿਆ ਪਿਆ ਜੀ ਤੇ ਨਾਲੇ ਨਾਲੇ ਕਰੀ ਜਾਂਦਾ ਦੀਦੀ ਖਤਮ ਦੀਦੀ ਚਲੀ ਗਈ ਉਹਨੂੰ ਦੀਦੀ ਦਾ ਬਹੁਤ ਫਿਕਰ ਆ ਤੇ ਲੋਕਾਂ ਦਾ ਉਹਨੂੰ ਕਰੋਨੇ ਦਾ ਕੋਈ ਫਿਕਰ ਨਹੀਂ ਤੇ ਰੈਲੀ ਚ ਰੈਲੀ ਕਰੀ ਜਾਂਦਾ ਪ੍ਰਧਾਨ ਮੰਤਰੀ ਹੁੰਦਾ ਸਾਰੇ ਲੋਕਾਂ ਦਾ ਸਾਂਝਾ ਹੈ ਨਹੀਂ ਤੇ ਹਰੇਕ ਬਰਾਦਰੀ ਦਾ ਹਰੇਕ ਜਾਤ ਦਾ ਹਰੇਕ ਰਾਤੇ ਉਹ ਸਭ ਦਾ ਇੱਕੋ ਜਿਹਾ ਹੁੰਦਾ ਉੱਥੇ ਉਹ ਪ੍ਰਧਾਨ ਮੰਤਰੀ ਦਾ ਵੋਟਾਂ ਦੇ ਵਿੱਚ 20-20 ਰੈਲੀਆਂ ਕਰ ਰਿਹਾ ਅਤੇ ਇਹ ਦੱਸੋ ਸਾਰਿਆਂ ਦਾ ਸਾਂਝਾ ਹੋਵੇ ਅਤੇ ਇੰਨੀਆਂ ਰੈਲੀਆਂ ਕਰਦਾ ਕਿਸੇ ਪ੍ਰਧਾਨ ਮੰਤਰੀ ਨੇ ਦੇਸ਼ ਦਾ ਤੁਹਾਡਾ ਸਵਾਲ ਆ ਗਿਆ ਤੁਸੀਂ ਚਾਹੁੰਦੇ ਵੀ ਉਹਨਾਂ ਨੂੰ ਰੈਲੀਆਂ ਨਹੀਂ ਕਰਨੀਆਂ ਚਾਹੀਦੀਆਂ ਬਿਲਕੁਲ ਗੱਲ ਸਹੀ ਹੈ ਉਹਨੂੰ ਰੈਲੀ ਨਹੀਂ ਕਰਨੀ ਚਾਹੀਦੀ ਜੀ ਭਗਵਾਨ ਜੀ ਹਾਂਜੀ ਅਸਲ ਵਿੱਚ ਉਹ ਜਿਹੜਾ ਨਾ ਇਸ ਜਿਹੜੀ ਆਪਾਂ ਪਹਿਲਾਂ ਹੁਣ ਗੱਲ ਕਰਦੇ ਹਾਂ ਪੱਥਰ ਨੂੰ ਦੁੱਧ ਪਿਲਾਉਣ ਦੀ ਅਤੇ ਜਾਂ ਹੋਰ ਜਿਹੜਾ ਕੁਛ ਹੈਗਾ ਆ ਇਹ ਸਾਰਾ ਕੁਛ ਲੋਕਾਂ ਨੂੰ ਬੁੱਧੂ ਬਣਾਇਆ ਉਸੇ ਦਾ ਇੱਕ ਹਿੱਸਾ ਇਹ ਆ ਜਿਹੜਾ ਕਾਲੀਆ ਰਜਿੰਦਰ ਕਾਲੀਆ ਜਿਹੜਾ ਕੋਈ ਹੈ ਉੱਥੇ ਉਸਨੇ ਕੀਤਾ ਕੰਮ ਉਹ ਅਸਲ ਦੇ ਵਿੱਚ ਕੀ ਕਹਿੰਦਾ ਲੋਕਾਂ ਨੂੰ ਕਿ ਮੈਂ ਰੱਬ ਦਾ ਅਵਤਾਰ ਹਾਂ ਅਵਤਾਰ ਰੱਬ ਦਾ ਭੇਜਿਆ ਬੰਦਾ ਆਇਆ ਇੱਥੇ ਅਤੇ ਉਹ ਇਹ ਗੱਲ ਦੀ ਆਪਣੀ ਮੈਂਬਰਸ਼ਿਪ ਜਾਂ ਹੋਰ ਉਹਨੇ ਕਾਫੀ ਕੁਛ ਇਸ ਤਰ੍ਹਾਂ ਦੇ ਕੁਛ ਕੀਤੇ ਨੇ 12-12 ਹਜ਼ਾਰ ਪਾਉਣ ਲੈਂਦਾ ਅਤੇ ਲੋਕਾਂ ਤੋਂ ਉਹਨਾਂ ਨੂੰ ਜਿਹੜੇ ਉਹ ਜਿਹੜਾ ਕੇਸ ਚੱਲਦਾ ਪਿਆ ਜਿਹਦੇ ਉਹਦੇ 'ਤੇ ਅਕਿਊਜ਼ਡ ਹੈਗਾ ਵੀ ਉਹਨੇ ਲੋਕਾਂ ਕੋਲੋਂ ਲੱਖਾਂ ਪਾਊਂਡ ਉਧਾਰੇ ਲਏ ਨੇ ਜਾਂ ਉਹਨਾਂ ਕੋਲ ਮੰਗ ਕੇ ਲਏ ਨੇ ਜਾਂ ਡਰਾ ਕੇ ਲਏ ਨੇ ਇਸ ਤਰ੍ਹਾਂ ਦੇ ਨੇ ਅਤੇ ਜਿਹੜਾ ਔਰਤਾਂ ਦਾ ਰੇਪ ਕੀਤਾ ਡਰਾ ਕੇ ਕੀਤਾ ਉਹਨਾਂ ਨੇ ਅਤੇ ਸਾਰਾ ਕੁਛ ਇਹ ਜਿਹੜੇ ਇੱਕ ਸਾਡੀ ਇਹ ਅੰਧ ਵਿਸ਼ਵਾਸ ਦੇ ਵਿੱਚੋਂ ਪੈਦਾ ਹੁੰਦਾ ਕਿ ਰੱਬ ਦਾ ਰੂਪ ਸਾਡੀ ਧਰਤੀ 'ਤੇ ਆਇਆ ਹੋਇਆ ਕਿ ਉਹ ਬੰਦੇ ਨੇ ਸਾਡਾ ਜੀਵਨ ਸੁਧਾਰ ਦੇਣਾ ਆ ਉਹਨੂੰ ਸਾਨੂੰ ਉਤਾਰ ਦੇਣਾ ਆ ਇਹ ਅਸਲ ਦੇ ਵਿੱਚ ਸਾਰਾ ਕੁਛ ਅਸਲ 'ਚ ਸਭ ਕੁਛ ਇਹ ਗੁਨਾਹ ਆ ਇਹ ਸਭ ਕੁਝ ਗਲਤ ਆ ਸਾਡੇ ਲੋਕਾਂ ਨੂੰ ਜਦ ਤੱਕ ਮੇਰੇ ਦੋਸਤੋ ਮੇਰੇ ਲੋਕ ਸੁਣਨ ਵਾਲੇ ਮੇਰੇ ਵੀਰੋ ਜਦ ਤੱਕ ਤੁਸੀਂ ਬੁੱਧੂ ਬਣਨਾ ਉਹਨਾਂ ਨੇ ਉਦੋਂ ਤੱਕ ਤੁਹਾਨੂੰ ਬੁੱਧੂ ਬਣਾਉਣਾ ਆ ਜਿਸ ਦਿਨ ਤੁਸੀਂ ਚੇਤੰਨ ਹੋ ਗਏ ਜਦੋਂ ਤੁਹਾਨੂੰ ਗਿਆਨ ਆ ਗਿਆ ਤੁਹਾਨੂੰ ਪਤਾ ਲੱਗਿਆ ਜ਼ਿੰਦਗੀ ਕੀ ਆ ਮਨੁੱਖ ਕੀ ਆ ਧਰਤੀ ਕੀ ਆ ਇਹਨਾਂ ਗੱਲਾਂ ਬਾਰੇ ਪੜ੍ਹਨਾ ਸ਼ੁਰੂ ਕਰੋ ਜਾਣਨਾ ਸ਼ੁਰੂ ਕਰੋ ਇਹ ਲੋਕ ਕਾਲੀਏ ਵਰਗੇ ਜਿਹੜਾ ਇੰਡੀਆ ਦੇ ਵਿੱਚ ਇੱਕ ਮੈਂ ਮਾਫ਼ ਕਰਨਾ ਕਲਰਕ ਦਾ ਕੰਮ ਕੋਈ ਮਾੜਾ ਕੰਮ ਨਹੀਂ ਕੋਈ ਵੀ ਕਲਰਕ ਉਸਦਾ ਇੰਡੀਆ ਵਿੱਚ ਕਲਰਕ ਸੀ ਅਤੇ ਹੁਣ ਇੱਥੇ ਇੰਗਲੈਂਡ ਦੇ ਵਿੱਚ ਆ ਕੇ ਉਹ ਇੱਕ ਰੱਬ ਬਣ ਬੈਠਿਆ ਉਹਦੀ ਲੱਖਾਂ ਦੀ ਜਾਇਦਾਦ ਆ ਆਪਣਾ ਸਵਿਮਿੰਗ ਪੂਲ ਉਹਦੇ ਘਰ ਦੇ ਵਿੱਚ ਸਵਿਮਿੰਗ ਪੂਲ ਤੱਕ ਲੱਗੇ ਹੋਏ ਨੇ ਅਤੇ ਉਹ ਤੁਹਾਡੇ ਸਿਰ ਦੇ ਉੱਤੇ ਨੇ ਜੀ ਬਿਲਕੁਲ ਭਗਵਾਨ ਜੀ ਤੁਹਾਡੀ ਗੱਲ ਸਹੀ ਆ ਜੋ ਵੀ ਤੁਹਾਡੇ ਕੋਲ ਜਾਣਕਾਰੀ ਆ ਅਗਰ ਇਹ ਪੂਰੀ ਆ ਤਾਂ ਮੈਂ ਸਮਝਦਾ ਕਿ ਬਹੁਤ ਮਾੜੀ ਗੱਲ ਪਿਆਰ ਦਰਸ਼ਕੋ ਕੀ ਹੋਇਆ ਕਿ ਪੰਜਾਬੀ ਜਿੱਥੇ ਵੀ ਗਿਆ ਢੋਲ ਅਤੇ ਢਾਬਾ ਨਾਲ ਲੈ ਕੇ ਗਿਆ ਜਾਣੀ ਹੱਸਣਾ ਖੇਡਣਾ ਨੱਚਣਾ ਗਾਉਣਾ ਪਰ ਪੰਜਾਬੀ ਜਾਂ ਭਾਰਤੀ ਇੱਕ ਚੀਜ਼ ਹੋਰ ਵੀ ਨਾਲ ਲੈ ਕੇ ਗਏ ਉਹ ਜਿੱਥੇ ਜਿੱਥੇ ਗਏ ਜਿਹਨੂੰ ਜਿਹਨੂੰ ਮੰਨਦੇ ਸੀ ਉਹਨੂੰ ਵੀ ਲੈ ਕੇ ਗਏ ਮੈਂ ਕਹਿੰਦਾ ਇਹ ਕੋਈ ਮਾੜੀ ਗੱਲ ਨਹੀਂ ਹੈ ਬਾਬਾ ਬਾਲਕ ਨਾਥ ਨੇ ਲੰਬੀ ਬਾਂਹ ਕਰਕੇ ਜੋ ਜਾਂ ਮੋਰ 'ਤੇ ਬਣ ਕੇ ਉਡਾਰੀ ਮਾਰ ਕੇ ਚਲਾ ਗਿਆ ਕਿਤੇ ਮੈਨੂੰ ਨਹੀਂ ਪਤਾ ਉਹ ਗਏ ਹੋਣਗੇ ਜਾਂ ਨਹੀਂ ਗਏ ਹੋਣਗੇ ਪਰ ਮੈਂ ਇਹ ਜ਼ਰੂਰ ਕਹੂੰਗਾ ਕਿ ਜੇ ਉਹ ਸੱਚੀ ਮੁੱਚੀ ਉਡਾਰੀ ਮਾਰੀ ਸੀ ਤਾਂ ਸਾਡੇ ਭਾਰਤੀ ਲੋਕਾਂ ਨੇ ਉਸ ਤਰ੍ਹਾਂ ਦੀ ਉਡਾਰੀ ਮਾਰਨ ਵਾਲਾ ਜਹਾਜ਼ ਕਿਉਂ ਨਹੀਂ ਬਣਾਇਆ ਇਹ ਗੋਰਿਆਂ ਨੇ ਬਣਾਇਆ ਉਸ ਤੋਂ ਬਾਅਦ ਜਦੋਂ ਅਸੀਂ ਸੁਣਦੇ ਹਾਂ ਅਲੀ ਬਾਬਾ 40 ਚੋਰ ਉਹ ਕਹਿੰਦੇ ਖੁੱਲ੍ਹ ਜਾ ਸਿਮ ਸਿਮ ਤਾਂ ਫਿਰ ਜਿਹੜੀ ਪਹਾੜ ਹੈ ਉਹ ਪਿੱਛੇ ਹੋ ਜਾਂਦੇ ਆ ਜਦ ਸਾਡੇ ਕੋਲ ਬਹੁਤ ਸਾਲ ਪਹਿਲਾਂ ਖੁੱਲ੍ਹ ਜਾ ਸਿਮ ਸਿਮ ਸੀ ਤਾਂ ਫਿਰ ਉਹ ਜਿਹੜੀਆਂ ਅਸੀਂ ਡੋਰ ਦੇ ਮੂਹਰੇ ਖੜ ਕੇ ਇੱਥੇ ਜਦੋਂ ਮੈਂ ਆਇਆ ਸੋਹਰ ਰੋਡ ਗਿਆ ਇੱਕ ਸ਼ੋਪ 'ਤੇ ਜਦੋਂ ਮੈਂ ਖੜ੍ਹਾ ਹੋਇਆ ਉਹ ਡੋਰਾਂ ਖੁੱਲ੍ਹ ਗਈਆਂ ਖੁੱਲ੍ਹ ਜਾ ਸਿਮ ਸਿਮ ਮੈਂ ਨਹੀਂ ਕਿਹਾ ਆਪਣੇ ਆਪ ਖੁੱਲ੍ਹ ਗਈਆਂ ਦੇਖ ਲਓ ਜਿਹੜੇ ਵੀ ਧਾਰਮਿਕ ਲੋਕ ਜਿਹੜੀ ਜਿਹੜੀਆਂ ਹੁਣ ਮਾਤਾ ਦੀਆਂ ਕਹਿੰਦੇ ਆ 10 ਬਾਹਾਂ ਮੈਂ ਕਹਿੰਦਾ ਹੋਣੀਆਂ ਚਾਹੀਦੀਆਂ ਬਹੁਤ ਵਧੀਆ ਗੱਲ ਆ ਲੇਕਿਨ ਇਹਨਾਂ 10 ਬਾਹਾਂ ਨਾਲ ਅਸੀਂ ਕੰਮ ਕੀ ਕਰਾਇਆ ਕਿਹੜਾ ਕੰਮ ਕੀਤਾ ਜੇਕਰ
असी जिन्हें भी जिहड़ियां असी मैं गप शब्द ना वरतदा होया उन्हां दी रिस्पैक्ट करदा होया चलो मैं कहना भी जिमें जिमें गोरियां ने देखिया किसी चीज़ को उन्होंने वह तैयार की पंछी उड़द्या देखिया राजपूत ब्रदर ने जहाज खड़ा कर दिता उन्होंने लगता सी वे एक्सीलेटर इदा बनाए जा सकते आह चीज़ इदा बना वह सारिया ही बनाइया बल्ब इन्होंने दिता रेल इन्होंने दिती असी की दिता उड्डना सिखा लिया असी चूहे ते भी बैठ गए चूहे की सवारी भी कराती मतलब जो असी कर सकते असी वो जिदा का भी साडा दिमाग आ वो असी कर लिया चूहे की सवारी भी हो सकती है जी देखो गणेश जी वो भी जिदे सिर हाथी का सी मैं सवाल एक इन्ना करदा भी जे हाथी का सिर सी ला दो कोई गल नहीं इहदी कोई माड़ी गल नहीं है जे ला सकते नहीं वधिया साइंस आ पर जे आपां इनसान का ही ला लेंदे हाथी का कहनू लाउणा सी उही जोड़ लेंदे मतलब यहो जिहियां जिहड़ियां कहानियां जदों असी बाहर आके भी ना टिके असी उदां दे मंदिर बनाए गुरद्वारे बनाए मस्जिदां बनाइयां जां जो भी बनाए बनाउणा चाहीदे मैं उहदे हक च खिलाफ नहीं हाँ लेकिन मैं इस गल दे खिलाफ हाँ भी आह जिहड़ी खबर आ इदां दी तां घट्टो घट्ट नहीं करो इदां दा तां इन्नी इमानदारी तां रखो तुसीं धर्म नूं मन्नो जिहड़ा तुहानूं धर्म चंगा लगदा वह कोई माड़ी नहीं है धर्म नूं मनना जिदां तुहानूं चंगा तुहाडी आस्था की है मन्नो लेकिन आह कार्ज तो ना करो जी भगवान जी तुम कुछ कह लगे हाँ जी असल जो मैं पहला गल की है यह की आ हादसे वाली गल तो यह है कि वो जो कहें ना भी असल भी वो कहें साडे वेद साडी टेक्नोलॉजी के जिहड़े फार्मूले सी अंग्रेज चक्के लै गए वह भले माण सो तुम क्यों मैं फिर सवाल करांगा भी देखो रामायण हजार साल पुरानी आ उहदे विच रावण उधरों तीर छड़ता इधरों वह तीर छड़ता बिचों मिजाइल निकलदियां तुसीं देखिया ना अग्र निकलती मिजाइलां है जाने वह मिजाइलां जिहड़ियां टकराइयां अज वो मिजाइलां फॉरन लोगों ने तैयार कीतियां असीं क्यों नहीं कीतियां भारतीय लोगों ने क्यों नहीं एक आउंदा उड्डन खटोला जिहड़ा रावण जिहड़ा जिहदे ते बैठ के हवा दे विच चक के लै आउंदा सीता माता नूं वह उड्डन खटोला असीं क्यों नहीं पैदा कीता असी उड़न खटोला यह सब पता की है जिहड़ा जिहड़ा मिथिया इन्हें हैगी मिथियोलॉजी मिथिहास आ साडे लोगों नूं बुद्धू बनाया गया हाँ जिदा तुसीं गल कीती आ उन्होंने उड़दी हुई कारपेट जां दरी तां नहीं देखी पर इत्थे उड़दियां हुईयां तुसीं स्टेट जिहड़ियां हैगियां पौड़ियां पौड़ियां उड़दियां देखियां तुसीं चढ़ जाओ तुहानूं उत्ते चक्के लैंदे मतलब कहना भी असल इहदे लई जिहड़ा हैगा इह जिहड़ा रैशनलिज़म है जां तरशीलता आ ਇਹਦੇ ਲਈ ਇੱਕ ਬਹੁਤ ਵੱਡਾ ਆਪਾਂ ਘੰਟਿਆਂ ਦਾ ਪ੍ਰੋਗਰਾਮ ਹੋ ਸਕਦੇ ਆਪਾਂ ਕਿਤੇ ਇਸ ਪ੍ਰੋਗਰਾਮ 'ਤੇ ਨਹੀਂ ਫਿਰ ਅਲੱਗ ਪ੍ਰੋਗਰਾਮ ਕਰਨਾ ਚਾਹੀਦਾ ਆਪਾਂ ਨੂੰ ਲੋਕਾਂ ਨੂੰ ਉਜਾਗਰ ਕਰਨ ਲਈ ਅਤੇ ਇਹ ਅਸਲ ਵਿੱਚ ਜਦੋਂ ਤੱਕ ਤੁਸੀਂ ਨਹੀਂ ਪੜ੍ਹਦੇ ਜਦ ਤੱਕ ਤੁਸੀਂ ਇੱਕੋ ਹੀ ਗੱਲ 'ਤੇ ਸਟਿਕ ਹੋ ਗਏ ਹੋ ਜਾਂ ਇੱਕੋ ਗੱਲ ਨੂੰ ਕਿਤਾਬਾਂ ਪੜ੍ਹੋ ਮੇਰੇ ਵੀਰੋ ਸਾਰੇ ਜੇ ਤੁਸੀਂ ਕਿਸੇ ਵੀ ਧਰਮ ਨੂੰ ਮੰਨਦੇ ਹੋ ਕਿਸੇ ਗੱਲ 'ਚ ਹੈਗਾ ਤੁਹਾਡਾ ਵਿਸ਼ਵਾਸ ਉਸ ਨੂੰ ਆਪਣਾ ਕਾਇਮ ਰੱਖੋ ਪਰ ਨਾਲ ਹੋਰ ਜਿਹੜੀ ਕਿਤਾਬਾਂ ਦੁਨੀਆ ਦੇ ਵਿੱਚ ਪੜ੍ਹੀਆਂ ਹੋਰ ਫਿਲਾਸਫੀਆਂ ਸਾਡਾ ਸਵਾਲ ਹੋਰ ਪਾਸੇ ਚਲਾ ਗਿਆ ਹਾਂਜੀ ਅਸੀਂ ਚੱਲਦੇ ਕਿਸਾਨਾਂ ਵੱਲਾਂ ਹਾਂ ਮੁੜ ਕੇ ਉੱਥੇ ਜਾਂਦੇ ਆ ਜਿਹੜੇ ਆ ਉਹ ਕੀ ਵਾਪਸ ਪਰਤਣਗੇ ਜੀ ਹਾਂਜੀ ਮੈਂ ਇਹਦੇ ਨਾਲ ਗੱਲ ਹਾਂਜੀ ਜਿੰਨੀ ਕੁ ਮੈਨੂੰ ਇਨਫੋਰਮੇਸ਼ਨ ਆ ਟੈਲੀਵਿਜ਼ਨ ਤੋਂ ਅਤੇ ਜਾਂ ਆਪਣੇ ਪਰਸਨਲ ਕੰਟੈਕਟਸ ਦੇ ਵਿੱਚੋਂ ਉਹਦਾ ਬਿਲਕੁਲ ਕੋਈ ਚਾਂਸ ਹੈ ਨਹੀਂਗਾ ਅੱਗੇ ਨਾਲੋਂ ਇਹ ਜਿਹੜਾ ਸ਼ੋਅ ਕਰਦੇ ਲੋਕ ਕਿ ਉਹ ਘੋਲ ਕਮਜ਼ੋਰ ਹੋ ਗਿਆ ਬਿਲਕੁਲ ਇਸ ਤਰ੍ਹਾਂ ਨਹੀਂ ਹੈਗਾ ਜਿਹੜੀ ਅੱਗੇ ਕੁਲਵੰਤ ਜੀ ਨੇ ਗੱਲ ਕੀਤੀ ਆ ਉਹ ਠੀਕ ਆ ਉਹਨਾਂ ਨੂੰ ਪਿੱਛੇ ਕੰਮ ਸਾਡੀ ਹਾੜੀ ਚੱਕਣ ਗਏ ਨੇ ਕਣਕਾਂ ਚੱਕਣ ਵਾਲੀਆਂ ਉਹ ਹੈ ਪਰ ਤੁਸੀਂ ਜਦ ਦੇਖਦੇ ਹੋ ਕਿ ਦੂਜੇ ਪਾਸੇ ਉਹ ਲੋਕ ਵੀ ਹੈਗੇ ਨੇ ਇੱਕ ਰਾਮ ਸਿੰਘ ਰਾਣਾ ਨਾਂ ਦੇ ਬੰਦੇ ਨੇ ਇੱਕ ਆਪਣੇ 3 acres ਜ਼ਮੀਨ ਦਿੱਲੀ ਦੇ ਵਿੱਚ ਦਿੱਲੀ ਦੇ ਬਾਰਡਰਾਂ 'ਤੇ ਵੇਚ ਕੇ ਉਸ ਨੇ ਲੋਕਾਂ ਦੇ ਵਿੱਚ ਪਾਣੀ ਸਪਲਾਈ ਕਰਨ ਲਈ ਉਸਨੇ ਭੇਜਿਆ ਦਿੱਤਾ ਆ ਤਾਂ ਇਸ ਤਰ੍ਹਾਂ ਦੀਆਂ ਗੱਲਾਂ ਜਦੋਂ ਹੋ ਰਹੀਆਂ ਆ ਤਾਂ 30,000 ਬੰਦਾ ਲੈ ਕੇ ਉਗਰਾਹਾਂ ਜੀ ਜੋਗਿੰਦਰ ਸਿੰਘ ਉਗਰਾਹਾਂ ਟਿਕਰੀ ਬੋਰਡ 'ਤੇ ਪਹੁੰਚ ਰਹੇ ਨੇ ਉੱਥੇ ਜਿਹੜੇ ਆਲੇ ਇੱਕ ਜਿਹੜਾ ਸਾਡਾ ਹਰਿਆਣਵੀ ਭਰਾ ਆ ਉਹਨੇ ਕਿਹਾ ਵੀ ਗਵਰਨਮੈਂਟ ਇਸ ਤਰ੍ਹਾਂ ਦੀ ਗਲਤੀ ਨਾ ਕਰੇ ਵੀ ਜੇ ਗਵਰਨਮੈਂਟ ਨੇ ਸਾਨੂੰ ਉਠਾਲਣ ਦੀ ਕੋਸ਼ਿਸ਼ ਕੀਤੀ ਸਾਡੇ ਕਹਿੰਦਾ ਜਿਸ ਤਰ੍ਹਾਂ ਅੱਗੇ ਟਕੈਦ ਦੇ ਕਹਿ ਦੇ ਉੱਤੇ ਇੱਕੋ ਰਾਤ ਦੇ ਵਿੱਚ 10 ਘੰਟਿਆਂ ਦੇ ਵਿੱਚ ਬਾਰਡਰ ਦੇ 4 ਪਾਸੇ ਘੇਰੇ ਪੈ ਗਏ ਸੀ ਉਹ ਕਹਿੰਦਾ ਵੀ ਸਾਨੂੰ 20 ਤੋਂ 30 ਮਿੰਟ ਚਾਹੀਦੇ ਨੇ ਅਤੇ ਸਾਰਾ ਜਿਹੜੀ ਦਿੱਲੀ ਆ ਉਹ ਘੇਰ ਲਵਾਂਗੇ ਅਰੇ ਸੱਚਾਈ ਆ ਹਰਿਆਣਾ ਕੋਲ ਬੈਠਿਆ ਔਰ ਉਹ ਲੋਕ ਮੇਰਾ ਇੱਥੋਂ ਸਵਾਲ ਇੱਕ ਹੋਰ ਉਪਜਦਾ ਵੀ ਜੇ ਮੰਨ ਲਓ ਚਾਰੇ ਪਾਸੇ ਨਹੀਂ ਕੁਛ ਹੁੰਦਾ ਫਿਰ ਕੀ ਕਿਸਾਨ ਚੈਲੰਜ ਕਬੂਲ ਕਰਨਗੇ ਦੇਖੋ ਜਿਹੜਾ ਨਵਾਂ ਕਾਨੂੰਨ ਆ ਜਿਹੜਾ ਚੈਲੰਜ ਆ ਇਹ ਆਪਾਂ ਛੇਤੀ ਨਿਬੇੜਨਾ ਕੀ ਕਬੂਲ ਕਰ ਲੈਣਗੇ ਨਹੀਂ ਜੀ ਕਰ ਲੈਣਾ ਚਾਹੀਦਾ ਦੇਖੋ ਜਿਹੜੇ ਲੋਕਾਂ ਨੇ ਅੱਜ ਤੱਕ ਉੱਥੇ ਬੈਠੇ ਕਹਿੰਦੇ ਕਿ ਸਾਡੀ ਇੱਥੋਂ ਮੈਂ ਹੋਰ ਤਰ੍ਹਾਂ ਸਵਾਲ ਪੁੱਛਦਾ ਹਾਂਜੀ ਇੰਡੀਆ 'ਚ ਜਿੰਨੀਆਂ ਨਖਿੱਧ ਕੰਮ ਆ ਮੰਨੇ ਜਾਂਦੇ ਜਿਨ੍ਹਾਂ ਦੇ ਵਿੱਚੋਂ ਹਲਵਾਈ ਦਾ ਕੰਮ ਜਿਨ੍ਹਾਂ ਦੇ ਵਿੱਚੋਂ ਸਫਾਈ ਦਾ ਕੰਮ
जिन्हां दे विच्चों बाल कटने, जिन्हां दे विच्चों मिस्त्री का काम, ये जिहड़े काम आ मतलब असी माड़े समझते हैं। इंग्लैंड दे विच ये काम जिहड़े वो लोग करते हैं, जिहड़े किसान लोग आ उन्होंने ये काम शुरू किए आ, मान लो हलवाई का काम, और टॉप दे मैं ना लै सकदा जिन्होंने अरबां रुपये कमा लए, कुक ने जिहड़े कुक ने शब्द वरत के जां केटरिंग शब्द वरत के, फिर बाल कट्टण दा काम इन्ना अजकल तक एक इन्ना मतलब बिजी है, इन्ने नोट किए जाए ये इन खर्चना कुछ नहीं, तुम बाल कट्टो सू वाह पैसे आते। उस तो बाद बिल्डर का काम, बिल्डर का मिस्त्री नूं मेरा एक दोस्त है वह कहिंदा मेरा मुंडा इंजीनियर बनना चाहुंदा, मैं कहा छड्ड बिल्डर बन जा। देखो किड्डी वड्डी गल है कि बिल्डर जिहड़ा आ वह ज़्यादा नोट कमा रहा इत्थे। उस तो बाद तुसीं आ जाओ सफाई का काम जिहड़ा निखिध मन्निया जांदा इंडिया च, इत्थे सफाई दे 14 पौंड घंटे दे आ लोक जिहड़े करदे आ, इह सारे निखिध काम ਜਿਹੜੇ ਮੰਨੇ ਜਾਂਦੇ ਕਿ ਇਹ ਕਿਸਾਨ ਆਪਣੀ ਫਸਲ ਦੇ ਨਾਲ ਨਾਲ ਇਹ ਕੰਮ ਵੀ ਸ਼ੁਰੂ ਕਰ ਲੈਣ ਤਾਂ ਉਹ ਭੁੱਖੇ ਮਰ ਜਾਣਗੇ। ਚੱਲ ਜੀ ਮੈਂ ਗੱਲ ਕਰਦਾ ਇਹਦੇ 'ਤੇ ਵੀ, ਤੁਸੀਂ ਇਹ ਜਿਹੜੇ ਕੰਮ ਗਿਣਾਏ ਆ ਕਿ ਸਾਡੇ ਮੁਲਕ ਦੇ ਵਿੱਚ ਇਹਨਾਂ ਨੂੰ ਨਫਿੱਟ ਮੰਨਿਆ ਜਾਂਦਾ ਜੀ, ਇਹਨਾਂ ਮੁਲਕਾਂ ਦੇ ਵਿੱਚ ਇਹਨਾਂ ਨੂੰ ਵਧੀਆ ਤਰਜੀਹ ਦਿੱਤੀ ਜਾਂਦੀ ਆ ਜੀ। ਉਹ ਕਹਿੰਦੇ ਕਾਰਨ ਬਹੁਤ ਸਾਰੇ ਨੇ ਚਾਹਲ ਜੀ, ਇੱਥੇ ਯੂਨੀਵਰਸਿਟੀਆਂ ਦੇ ਵਿੱਚ ਚੱਲ ਕਾਲਜਾਂ ਦੇ ਵਿੱਚ ਜਿਹੜੇ ਆ ਕੋਰਸਿਸ ਹੁੰਦੇ ਆ, ਚਾਹੇ ਉਹ ਬਿਲਡਿੰਗ ਲਾਈਨ ਦੀ ਤੁਸੀਂ ਗੱਲ ਕੀਤੀ ਆ, ਚਾਹੇ ਤੁਸੀਂ ਹੋਰ ਜਿਹੜੇ ਮਤਲਬ ਜਿਹੜਾ ਨਹੁੰ ਕੱਟਣ ਦੀ ਜਾਂ ਨਹੁੰ ਬਣਾਉਣ ਦੀ ਆ, ਚਾਹੇ ਵਾਲ ਕੱਟਣ ਦੀ ਗੱਲ ਆ, ਚਾਹੇ ਬਿਲਡਿੰਗ ਦੇ ਹੋਰ ਜਿੰਨੇ ਵੀ ਹੈਗੇ ਉਹਦੇ ਨਾਲ, ਚਾਹੇ ਪਲੰਬਰ ਆ, ਚਾਹੇ ਇਲੈਕਟ੍ਰੀਸ਼ਨ ਆ, ਚਾਹੇ ਕੋਈ ਵੀ ਆ ਨਾ, ਚਾਹੇ ਬ੍ਰਿਕਲੇਅਰ ਆ, ਪਲਾਸਟਰ ਆ, ਚਾਹੇ ਰੂਫਿੰਗ ਦਾ, ਸੋ ਸਾਰੇ ਇਹ ਕੋਰਸਿਸ ਆ ਜਿਹੜੇ ਇੱਥੋਂ ਦੇ ਕਾਲਜਾਂ ਦੇ ਵਿੱਚ ਕਰਾਏ ਜਾਂਦੇ ਆ, ਉਹਨਾਂ ਨੂੰ ਉਹ ਸਰਟੀਫਾਈ ਕਰਦੇ ਆ, ਅਤੇ ਉਹ ਜਿਹੜੇ ਇਹ ਡਿਗਰੀਆਂ ਲੈ ਕੇ ਜਾਂ ਕਾਲਜਾਂ ਤੋਂ ਇਹ ਸਰਟੀਫਾਈ ਹੋ ਕੇ ਜਦੋਂ ਕੰਮ ਕਰਦੇ ਆ ਤਾਂ ਉਹਦਾ ਡਿਫਰੈਂਟ। ਮੇਰਾ ਸਵਾਲ ਇਹ ਹੈ ਵੀ 6 ਮਹੀਨੇ ਫਸਲ ਨੂੰ ਹੁੰਦੇ ਆ, ਅਸੀਂ ਇੱਕ ਫਸਲ ਵੀ ਜੀ 6 ਮਹੀਨੇ ਹੋਏ ਸਾਡੇ ਕੋਲ, ਉਹਨਾਂ 6 ਮਹੀਨਿਆਂ 'ਚ ਅਸੀਂ ਹੋਰ ਇੱਕ ਅਲੱਗਾ ਕੰਮ ਕਰ ਲਈਏ ਜਿਹਦਾ ਸਾਡਾ ਪਰਿਵਾਰ ਪਲਦਾ ਰਹੇ, ਉਹ ਜਿਹੜੀ ਫਸਲ ਦੇ ਪੈਸੇ ਅਸੀਂ ਜਮ੍ਹਾਂ ਕਰਾ ਲਈਏ। ਸਹਾਇਕ ਧੰਦੇ ਉੱਥੇ ਵੀ ਬਣਦੇ ਨੇ, ਇਹੋ ਜਿਹੀ ਗੱਲ ਨਹੀਂ ਹੈਗੀ, ਚਾਹੇ ਉਹ ਡੇਅਰੀ ਫਾਰਮ ਹੋਵੇ, ਚਾਹੇ ਉਹ ਮੁਰਗੀ ਫਾਰਮ ਹੋਵੇ, ਇਹੋ ਜਿਹੇ ਜਿਹੜੇ ਸੀਗੇ ਜਿੱਦਾਂ ਹੈ ਨਾ, ਚਾਹੇ ਹੁਣ ਪੁਰਾਣੇ ਜ਼ਮਾਨੇ ਦੇ ਵਿੱਚ ਤਾਂ ਇੱਥੋਂ ਤੱਕ 40 ਸਾਲ ਪਿੱਛੇ ਚੱਲ ਜਾਓ ਤਾਂ ਰੇਸ਼ਮ ਦੇ ਕੀੜੇ ਉਹ ਵੀ ਪਾਲੇ ਜਾਂਦੇ ਸੀ, ਮੱਖੀ ਗੰਡੋਆਂ ਦਾ ਕੰਮ ਚੱਲਦਾ ਅੱਜ ਕੱਲ੍ਹ। ਹਾਂਜੀ ਹਾਂਜੀ, ਮੱਛੀ ਫਾਰਮ ਆ ਜਿਹੜੇ, ਦੇਖੋ ਹੈਗੇ ਨੇ ਸਾਰਾ ਕੁਝ। ਦੋ ਸਵਾਲ ਹੋਰ ਆ, ਮੰਡੀ ਕਰਨ ਦੀ ਪ੍ਰੋਬਲਮ ਆ ਯਾਰੇ, ਦੱਸ ਦਿਓ। ਮੈਂ ਇਹ ਤਾਂ ਸਵਾਲ ਲਿਆਂਦਾ ਵੀ ਵਾਈ ਦਾ ਵੇ, ਜੇਕਰ ਸਾਨੂੰ ਚੈਲੇਂਜ ਕਬੂਲ ਵੀ ਕਰਨਾ ਪਵੇ, ਅਸੀਂ ਆਪਣੀ ਕਿਸਾਨੀ ਨੂੰ ਇਸ ਤਰੀਕੇ ਨਾਲ ਰੱਖ ਕੇ, ਅਸੀਂ ਨਾਲ ਸਹਾਇਕ ਧੰਦੇ ਕਰਕੇ ਵੀ ਸਰਕਾਰ ਨੂੰ ਦੱਸ ਦਈਏ ਵੀ ਅਸੀਂ ਡਿੱਗ ਨਹੀਂ ਸਕਦੇ। ਸੋ ਅੱਜ ਇੱਕ ਬੋਲੀ ਅਸੀਂ ਸ਼ਬਦਾਂ ਦੇ ਹੇਰਫੇਰ 'ਚ ਤੁਹਾਡੇ ਨਾਲ ਸਾਂਝੀ ਕਰਨੀ ਹੈ, ਉਸ ਤੋਂ ਬਾਅਦ ਸਾਡੇ ਜੇ ਟਾਈਮ ਬਚਦਾ ਹੋਇਆ ਤਾਂ ਸਾਡੇ ਕੋਲ ਦੋ ਸਵਾਲ ਹੈਗੇ ਭਗਵਾਨ ਜੀ। ਬੋਲੀਆਂ ਸੁਣੀਆਂ ਪੰਜਾਬੀ ਦੀਆਂ? ਹਾਂਜੀ। ਤੁਸੀਂ ਸੁਣਦੇ ਜੀ ਕਦੇ ਕਦੇ? ਸ਼ੌਕ ਬੋਲੀਆਂ, ਦੇਖੋ ਵਿਆਹਾਂ ਸ਼ਾਦੀਆਂ 'ਚ ਆਪਾਂ ਵੀ ਸੁਣੀ ਦੀਆਂ ਜੀ। ਅੱਛਾ, ਬੋਲੀ ਸੁਣਦੇ ਵਾਰੀ ਜੀ। ਜੈ ਗੁਰਦੇਵ ਜੀ। ਹੈਲੋ। ਹਾਂਜੀ। ਹਾਂ ਚਾਲ ਸਾਹਿਬ, ਮੈਂ ਚਾਵਲਾ ਬੋਲ ਰਿਹਾ ਜੀ, ਲੰਡਨ ਤੋਂ ਜੀ। ਚਾਵਲਾ, ਹਾਂ ਸੁਣਾਓ, ਕੀ ਹਾਲ ਚਾਲ ਹੈ? ਠੀਕ ਠਾਕ ਹੈ? ਬਹੁਤ ਵਧੀਆ ਜੀ। ਹਾਂ ਹਾਂ, ਮੇਰੇ ਵੀਰ ਭਗਵੰਤ ਜੀ ਤੇ ਦੂਸਰੇ, ਤੇ ਉਹਨਾਂ ਦਾ ਸ਼ੁਭ ਨਾਮ ਕੀ? ਕੁਲਵੰਤ ਤੇ ਕੁਲਵੰਤ ਜੀ। ਕੁਲਵੰਤ ਜੀ, ਹਾਂ, ਮੈਂ ਉਹਨਾਂ ਨੂੰ ਵੀ ਔਰ ਤੁਹਾਨੂੰ ਵੀ ਬਹੁਤ ਬਹੁਤ ਥੈਂਕਸ ਕਹਿਣਾ ਚਾਹੁੰਦਾ ਜੀ, ਔਰ ਬਹੁਤ ਅੱਛਾ ਅੱਜ ਜਿਹੜਾ ਤੁਹਾਡਾ ਟੌਪਿਕ ਹੈ ਐਜ਼ ਏ ਗ੍ਰੇਟ ਔਰ ਕਾਬਲੇ ਤਾਰੀਫ ਹੈ, ਔਰ ਬਹੁਤ ਹੀ ਅੱਛੇ ਢੰਗ ਦੇ ਨਾਲ ਤੁਸੀਂ ਜਿਹੜਾ ਪ੍ਰੋਗਰਾਮ ਪੇਸ਼ ਕਰ ਰਹੇ ਆ, ਬਹੁਤ ਜ਼ਬਰਦਸਤ, ਟਾਈਮ ਟੂ ਟਾਈਮ ਔਰ ਬਿਲਕੁਲ ਮਤਲਬ ਬੜੇ ਹਿਸਾਬ ਦੇ ਨਾਲ, ਬਹੁਤ ਅੱਛੇ ਢੰਗ, ਯਾਨੀ ਕਿ ਜਿਹੜਾ ਪ੍ਰੋਗਰਾਮ ਹੈ ਨਾ, ਬਹੁਤ ਅੱਛੇ ਢੰਗ ਦੇ ਨਾਲ ਤੁਸੀਂ ਪੇਸ਼ ਕਰ ਰਹੇ ਆ। ਤੁਹਾਡਾ ਤਿੰਨਾਂ ਦਾ ਵੀਰਾਂ ਦਾ ਬਹੁਤ ਬਹੁਤ ਥੈਂਕ ਯੂ, ਔਰ ਮੈਂ ਬਹੁਤ ਹੈਪੀ ਹਾਂ, ਔਰ ਥੈਂਕ ਯੂ ਵੈਰੀ ਮੱਚ ਹੈ ਜੀ। ਬਹੁਤ ਮਿਹਰਬਾਨੀ ਜੀ, ਥੈਂਕ ਯੂ ਜੀ। ਮੈਨੂੰ ਇੱਧਰ ਟਾਈਮ ਦੇਖਣ 'ਚ ਦਿੱਕਤ ਆ ਰਹੀ ਆ, ਆਪਾਂ ਕੋਲ ਟਾਈਮ ਹੈ? ਹਾਂਜੀ ਟਾਈਮ ਹੈਗਾ ਓਕੇ ਜੀ, ਸਾਢੇ 10 ਮਿੰਟ। ਆਪਾਂ ਗੱਲ ਕਰਦੇ ਹਾਂ ਕਿ ਬੋਲੀ ਸ਼ਬਦ ਨੂੰ ਇੰਨਾ ਵਿਗਾੜਿਆ ਗਿਆ ਕਿ ਵਾਰੀ ਵਾਰੀ ਵਰਸੀ ਖੱਟਣ ਗਿਆ ਸੀ, ਖੱਟ ਕੇ ਲਿਆਂਦੇ, ਚਲੋ ਕੋਈ ਵੀ ਚੀਜ਼, ਮਤਲਬ ਹੋ ਗਿਆ ਵੀ ਬਾਰੀ ਉੱਦਾਂ ਵਿਹਲਾ ਆ ਬੰਦਾ, ਕੰਮ ਕਰਕੇ ਰਾਜ਼ੀ ਨਹੀਂ, ਇਹ ਦੱਸਦੇ ਅਸੀਂ ਵੀ ਬਾਰੀ ਵਰਸੀ ਖੱਟਣ ਗਿਆ ਸੀ, ਖੱਟ ਕੇ ਕੀ ਲਿਆਂਦਾ, ਕੀ ਲਿਆ ਖੱਟ ਕੇ, ਜਦਕਿ ਅਸੀਂ ਇਹਦੀ ਪ੍ਰੇਜ਼ ਹੀ ਗਲਤ ਕਰ ਦਿੱਤੀ ਹੈ। ਸ਼ਬਦ ਹੈਗਾ ਕਿ ਖੱਟਣ ਗਿਆ ਸੀ, ਮੂਹਰੇ ਬੋਲੀ ਜਾਂਦੀ ਵੀ ਖੀ ਖੱਟ ਲਿਆ ਆ, ਬਾਰੀ ਵਰਸੀ ਖੱਟ ਕੇ ਆਇਆ, ਸ਼ਬਦ ਤਾਂ ਇਹ ਆ, ਗੱਲ ਸੱਚੇ ਸੀਗੀ ਆ, ਸ਼ਬਦ ਸੀ ਖੱਟਣ ਗਿਆ ਸੀ, ਬੋਲੀ ਚੱਲਦੀ ਖੱਟਣ ਗਿਆ ਸੀ, ਉਹ ਕਹਿੰਦੇ ਕੀ ਖੱਟ ਕੇ ਆਇਆ, ਬਾਰੀ ਵਰਸੀ ਖੱਟ ਕੇ ਲਿਆਇਆ, ਯਾਨੀ 12 ਸਾਲਾਂ ਦਾ ਬਾਹਰ ਗਿਆ ਬੰਦਾ, ਬਾਰੀ ਵਰਸੀ ਖੱਟ ਕੇ ਚੀਜ਼ ਨੂੰ ਮੁੜਿਆ, ਅਸੀਂ ਕਰ ਦਿੱਤਾ ਬਾਰੀ ਵਰਸੀ ਖੱਟਣ ਗਿਆ, ਜਾਣੀ ਨਿਕੰਮਾ ਆ, ਇਹ ਕੰਮ ਤੇ ਨਹੀਂ ਜਾਂਦਾ, 12 ਸਾਲਾਂ ਬਾਅਦ ਗਿਆ ਵੀ ਆ
ते कुछ नहीं खट के लिया। सो जिहड़ियां साडियां पंजाबी दियां बोलियां प्लीज़ जां शब्दां दे हेर फेर जिहड़े तुहाडे नाल करदे आ सो वह सच्चे हुंदे आ। मैं ये नहीं कहिंदा कि मैं ही वो करता, असीं भी पढ़े पढ़ के सुन के तुहाडे नाल करदे आ। सो ये गल का ख्याल रखो कि जिहड़ी तुसीं बोली अजकल जो मर्जी मूँह आउंदा असीं करदे जांदे आ। ये दसना चाहता कि जी बारी बारी बरसी बोली आ ये बिल्कुल गलत आ, असल बोली इस तरह शुरू होती है। अपने भगवान जी अकाली दल लेडीज़ नूं सज़ा हुई है, कुलवंत जी का सवाल है। सज़ा नहीं हुई, माफ करना, एक किलो हीरोइन दे नाल फड़ हुई है इसत्री लेडी अकाली दल दी आगू। हाँ जी चाहल जी, ये हुणे लेटेस्ट आ जिहड़ी खबर आई है एक दो दिन दे विच, इह इसत्री विंग की प्रधान आ तरन तारण पिंड चब्बल चब्बल शायद इदा पिंड का नाम आ दस्सिया जांदा जी। देखो सच्ची खबर हाँ जी, वह देखो एक किलो हैरोइन दस एक किलो तो 10 ग्राम हैरोइन के नाल उन्हों फड़िया एस टी एफ जी टीम ने उत्थे मार के छापा उन्होंने तो फड़ लिया। फड़ ली, थैंक यू जी। की हीरा फेरियां इंडिया च होंदियां जां इधर भी होंदियां, एक 30 सैकंड दस्सो। हाँ जी, एक जगह ही होंदी। हाँ जी, अपने जिदा एक गल है कि भी जिवें वेंटीलेटर की इंडिया के गवर्नमेंट ने जेडे अपने ऑफिसर से उन्हें रल के वेंटीलेटर बनवाए या खरीदे या जो कुछ होया उन्हां नाल की होया लोगों के कि नुकसान होया, कदे ऑक्सीजन जा देंदे कदे घट देंदे कदे बढ़ जाती घट जाती उन्हां डैथ हो रही। सेम इत्थे भी इंग्लैंड भी कल खबर चलती पई सी कि जिहड़ा इत्थे डायसन का जिहड़ा मालक है उहने भी ते इन्हें जॉनसन ने रल के आफ दे विच इन्हां ने भी ये सारा कुछ रल के हाँ वेंटीलेटर बनाने की कोशिश की जा उसनु जिस तरह मिलकर चलते उस तरह करने की कोशिश। बहुत मेहरबानी कुलवंत जी, बहुत मेहरबानी। टाइम दे आपां आखिरी पड़ा चा कुछ रा कुछ रंजो गम में कट गई, कुछ आहों में कट गई, बाकी बची जिंदगी वाह जी आहों में कट गई, कुछ रंजो गम में कट गई, कुछ आहों में कट गई, बाकी बची जो जिंदगी गुनाहों में कट गई, एक राह पे चलने वाले मंजिल को पा गए, राह बदलने वालों की राहों में कट गई। प्यारे दर्शकों, अपने राह एक रख्या करो और जे हो सकया असी कोई गलत लफ्ज़ बोलिया होवे तो पहले ही साड़ी माफ़ी तैयार होंदी आ। सो साडे वालों अगर किसी भी तरह का कोई भी गलती कोई भी शब्द थानू धार्मिक तौर पर या किसी भी मैं ये विषय छेड़ता नहीं हुंदा पर छिड़ जाते हो। किसी ने कहा भी कोई खुसरा से कहें जी इन्हें मैंने छेड़िया, कहना नहीं जी मैंने छिड़िया छिड़ाया मिले वो जो कोई छिड़िया छिड़ाया सानू मिल जाता तो असी उन्हों टच कर लें, लेकिन असी किसी भी धर्म को या किसी हट दुख पहुँचा नहीं चाहते। लो जी ये साडा अज का प्रोग्राम समाप्त हों, जय गुरदेव जय भाई जय।